पम्मा थोड़ा जा पम्मा ही है। पम्मा थोड़ा सिर कट गया बस सिर नहीं पम्मे ने सिर नहीं कटा पम्मे ने तो पैरों तो लैके सिर तिकर ही खड़ा किया सो करैक्टर ही है कहना शुकर कर तू गोली ना मर गया नहीं तेरे गुलाबी कच्छा पवा के ना वो पिछे लिखना सीगा जी आया ते जोर हुण इह लग्या होया वी 7 बजे वाला शो चलाउणा आपां जिवें रजनीकांत अर्गे कमल हसन अर्गियां दे चलदे आ ना मैं हिंदी दी पहली वैब सीरीज कीती चमक सोनी लेव ते आई अच्छा हां जी रोहित जगराज भाई उहदे डायरेक्टर आ उह आए कहिंदे हुंदे सी वी इह मेरा पंजाबी सिनेमे दा इरफान खान आ जे किते पहला टाइम आ गया हुंदा फिर भोले जे रहना इह हुण इह आ वी हुण जिंदगी दे भी धक्के चंगे खाधे हुए तो माहौल भी उवें होया वा सी हुण थोड़े करड़े जे हो के आए आ जिहड़े इस किस्म दे आपां बंदे ना भी जिन्हों का रब ने ज्यादा जोर जहाँ लवाना होंगे है ना मेरा तो बहुत जोर लगा मैं कदे ए नहीं होया भी आला चक भी ए नहीं हो मेरिया घीसियां करा दिता हो फिर मैं वो लाइन ताइयों वरतदा हूं भी जिंदगी मैं अपने हक अपनी मेहनत दे नाल तेरे हलक च हथ पा के भी लै मैं लै लूंगा मेहनत मेहनत तो भजदा नहीं तू मेहनत पाल दी मेहनत तो नहीं भजदा बई कोई इश्क मोहब्बत वाला सीन भी करना के सब मारता रिकड़ी जानी नहीं नहीं अगे आप करनी है सेक्टर 17 अच्छा है ही हां लाइक कर दे तुम मतलब नहीं क्यों नहीं करता आए कदे नहीं होया भी शूट छाट चली जांदा ते कुड़ियां कड़ियां आईयां मैनू आके बुला जे जान ते ओ कर देन ओ लास्ट दिन तुसी पुछो वी ओ आई कहंदियां हुंदियां वी नहीं इहदे तो तां लगदा सी पता नहीं अगो की बोलू। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ ਮੈਂ ਜੋਗਰਾਜ ਸਿੰਘ ਕਾਲੋਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਾਈ ਪ੍ਰਿੰਸ ਕਬਲਜੀਤ ਤੇ ਬਾਈ ਜੱਗੀ ਸਿੰਘ ਹੁਣੀ ਮੌਜੂਦ ਨੇ ਉਹਨਾਂ ਦੇ ਨਾਲ ਉਹਨਾਂ ਦੀ ਨਵੀਂ ਆ ਰਹੀ ਫਿਲਮ ਵਾਰਨਿੰਗ 2 ਦੀ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਪਹੁੰਚੇ ਨੇ ਸੋ ਲੰਬਾ ਚੌੜਾ ਤਜਰਬਾ ਬਾਈ ਸਾਂਭੀ ਬੈਠੇ ਆਪਣੀ ਬੁੱਕਲ ਦੇ ਵਿੱਚ ਪੰਜਾਬੀ ਸਿਨੇਮੇ ਦਾ ਸੋ ਅੱਜ ਕੁਝ ਸਿਨੇਮੇ ਦੀਆਂ ਗੱਲਾਂ ਕੁਝ ਪੰਜਾਬੀ ਇਸ ਜਗਤ ਦੀਆਂ ਗੱਲਾਂ ਕੁਝ ਇਹਨਾਂ ਦੀ ਨਵੀਂ ਆ ਰਹੀ ਫਿਲਮ ਦੀਆਂ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਕੀ ਹਾਲ ਚਾਲ ਬਾਈ ਜੀ ਜੀ ਆਏ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਵੀ ਬਾਈ ਜੀ ਬਹੁਤ ਧੰਨਵਾਦ ਹੈ ਜੇ ਤੁਸੀਂ ਸਾਡੇ ਗਵਾਂਢੀ ਉੱਪਰ ਫਿਰ ਵੀ ਤਾਂ ਘੱਟ ਆਉਂਦੇ ਹੋ ਤਾਂ ਧੰਨਵਾਦ ਹਾਂਜੀ ਹਾਂਜੀ ਨਹੀਂ ਥੈਂਕ ਯੂ ਹੋਰ ਬਾਈ ਸਿਹਤਾਂ ਕਿਵੇਂ ਬਾਈ ਬਹੁਤ ਵਧੀਆ ਠੀਕ ਚੱਲ ਰਿਹਾ ਹਾਂ ਤੇ ਅੱਛਾ ਮੋਸਟਲੀ ਨਾ ਸ਼ੁਰੂਆਤ ਇਦਾਂ ਕਰੀਦੀ ਹੋਈ ਦੀ ਵੀ ਬਾਈ ਜੀ ਕਿੱਥੋਂ ਜੀਵਨ ਦੀ ਸ਼ੁਰੂਆਤ ਕੀਤੀ ਜਾਂ ਫਿਰ ਇੱਧਰ ਨੂੰ ਕਿੱਦਾਂ ਆਏ ਮੈਂ ਬਾਈ ਪੁੱਛਦਾ ਵੀ ਮਕਾਉਣੀ ਕਿੱਥੇ ਕੁ ਗੱਲ ਕਿੱਥੇ ਕੁ ਜਾ ਕੇ ਲੱਗਣਾ ਵੀ ਬਾਈ ਹੁਣ ਸਮਾਪਤੀ ਹੈ ਨਹੀਂ ਠੀਕ ਹੈ ਆਪਣਾ ਕੋਈ ਆਇਆ ਨਹੀਂ ਹੈਗਾ ਵੀ ਆਪਾਂ ਬਹੁਤ ਤੋਪਾਂ ਚਲਾ ਕੇ ਇੱਥੋਂ ਦੇ ਘਰ ਪਹੁੰਚੇ ਹਾਂ ਤੇ ਲੱਗੇ ਹੋਏ ਮਿਹਨਤ ਕਰਦੇ ਰਹਿੰਦੇ ਹਾਂ ਤੇ ਮਿਹਨਤ ਕਰਨ ਨੂੰ ਆਪਾਂ ਹਟਣਾ ਨਹੀਂ ਹਾਂ ਸ਼ੁਰੂ ਕਦੋਂ ਹੁੰਦੀ ਹੈ ਤੇ ਮੇਰੇ ਵਾਲੀ ਤਾਂ ਸ਼ੁਰੂ ਹੀ ਪਿੱਛੇ ਜੇ ਹੋਈ ਹੈ ਜਿਵੇਂ ਕਹਿੰਦੇ ਹੁੰਦੇ ਨਾ ਵੀ 40 ਸਾਲ ਦੇ ਨੂੰ ਜਿਹੜੇ ਹੈਗਾ ਵੀ ਸੰਜੇ ਦੱਤ ਹੋ ਗਿਆ ਜੈਕੀ ਸ਼ਰੋਫ ਹੋ ਗਿਆ ਜਾਂ ਹੋਰ ਜਿੰਨੇ ਸੀ ਨਸੀਰ ਸਾਹਿਬ ਸੀ ਓਮਪੁਰੀ ਸਾਹਿਬ ਸੀ ਵੀ ਪਕਰੋੜ ਜਿਹਾ ਜਿਹੜਾ ਮਾਹੌਲ ਹੈ ਉਹ ਚਿਹਰੇ 'ਤੇ ਉਦੋਂ ਆਉਂਦਾ ਤੇ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਨਹੀਂ ਨਹੀਂ ਅਸੀਂ ਤਾਂ 20-22 ਸਾਲਾਂ ਦਿਆਂ ਨਹੀਂ ਓਕੇ ਰਿਪੋਰਟ ਕਰ ਜਾਣੀ ਹੈ ਅੱਛਾ ਅਤੇ ਪਰ ਨਹੀਂ ਇਹ ਚੱਲਦੇ 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 ਲੱਗਦਾ ਵੀ ਅਜੇ ਨਹੀਂ ਹਾਂ ਹਾਂ ਵੀ ਜੇ ਕਿਤੇ ਪਹਿਲਾਂ ਟਾਈਮ ਆ ਗਿਆ ਹੁੰਦਾ ਫਿਰ ਭੋਲੇ ਜੇ ਰਹਿਣਾ ਇਹ ਹੁਣ ਇਹ ਆ ਵੀ ਹੁਣ ਜ਼ਿੰਦਗੀ ਦੇ ਵੀ ਧੱਕੇ ਚੰਗੇ ਖਾਧੇ ਹੋਏ ਅਤੇ ਮਾਹੌਲ ਵੀ ਉਵੇਂ ਹੋਇਆ ਵਾ ਸੀ ਹੁਣ ਥੋੜ੍ਹੇ ਕਰੜੇ ਜੇ ਹੋ ਕੇ ਆਏ ਆ ਨਹੀਂ ਬਈ ਕਰੜੇ ਤੋਂ ਬਿਨਾਂ ਗੱਲ ਚੱਲਣੀ ਨਹੀਂ ਕਿਉਂਕਿ ਲੋਕਾਂ 'ਚ ਅੱਜ ਕੱਲ੍ਹ ਤੇਜ਼ੀ ਆ ਗਈ ਹੈ ਲੋਕਾਂ 'ਚ ਵੀ ਤੇਜ਼ੀ ਆ ਗਈ ਹੈ ਦੇਖਣ ਵਾਲੇ ਵੀ ਹੁਣ
ਹੁਣ ਅੱਗੇ ਤੇ ਹੁੰਦਾ ਸੀ ਵੀ ਜਿੱਦਾਂ ਦੀ ਹੋਏ ਚੀਜ਼ ਵੇਖ ਲੈਂਦੇ ਬੰਦੇ, ਹੁਣ ਵੇਖਦੇ ਨਹੀਂ, ਦੇਖਦੇ ਨਹੀਂ, ਬਿਲਕੁਲ ਹੁਣ ਪੈਰਾਮੀਟਰ ਲੋਕਾਂ ਦੇ ਵੀ ਹਾਈ ਸੈੱਟ ਹੋਏ ਨੇ, ਜੇ ਉਹ ਤੋਂ ਉੱਤੇ ਦੀ ਗੱਲ ਹੋਊਗੀ ਤੇ ਪ੍ਰਵਾਨ ਹੈ, ਨਹੀਂ ਤੇ ਨਹੀਂ ਤੇ ਨਹੀਂ ਨਹੀਂ ਬਿਲਕੁਲ ਫਿਰ ਉਹਦੇ ਲਈ ਬਈ ਤਿਆਰੀਆਂ ਵੀ ਫਿਰ ਖਾਸ ਹੀ ਕਰਨੀਆਂ ਪੈਂਦੀਆਂ ਹੋਣੀਆਂ ਨਾ। ਦੇਖੋ ਕੋਈ ਵੀ ਚੀਜ਼ ਹੈ ਤਿਆਰੀ ਤੋਂ ਬਗੈਰ ਤਾਂ ਜੰਗ ਜਿੱਤੀ ਨਹੀਂ ਜਾਂਦੀ, ਤੇ ਸਾਡੇ ਜਿਹੜਾ ਇਹ ਲਾਈਨ ਹੈ ਜਾਂ ਵਾਹਿਗੁਰੂ ਨੇ ਇੱਧਰਲੇ ਪਾਸੇ ਲਾਇਆ ਹੈ ਨਾ, ਲਿਖਣ ਵਾਲੇ ਪਾਸੇ, ਐਕਟਿੰਗ ਵਾਲੇ ਪਾਸੇ, ਇਹ ਕਰਮਾਂ ਨਾਲ ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਕਰਮਾਂ ਵਾਲਾ ਕੰਮ ਹੀ ਹੈ ਜਿਹਦੇ 'ਚ ਤੁਹਾਨੂੰ ਮਜ਼ਾ ਆਉਣ ਲੱਗ ਜਾਂਦਾ। ਦੁਨੀਆ ਹਰ ਦੁਨੀਆ ਅਲੱਗ ਹੈ, ਹਰ ਕਰੈਕਟਰ ਅਲੱਗ ਆ, ਕਿਸੇ 'ਚ ਤੁਸੀਂ 40 ਸਾਲ ਦਾ ਦੇਖਣ ਲੱਗ ਗਏ, ਕਿਸੇ ਤੁਸੀਂ ਛੋਟੇ ਹੋ ਕੇ ਆਉਣਾ। ਹੁਣ ਅੱਗੇ ਇੱਕ ਮੈਂ ਕਰਨੀ ਆ, ਉਹਦੇ 'ਚ ਮੈਂ 25-26 ਦਾ ਬੰਨ ਨੂੰ ਫਿਰਦਾ ਹੈ ਨਾ, ਅਤੇ ਉਹਦੀ ਜਿਹੜੀ ਸਟਾਰਟਿੰਗ ਹੈ ਉਹ 72-73 ਸਾਲ ਦਾ ਮੈਂ, ਓਕੇ, ਫਿਰ ਸਵਾਦ ਆ, ਇੰਨੀ ਵੇਰੀਏਸ਼ਨ, ਹਾਂ ਇੰਨੀ ਵੇਰੀਏਸ਼ਨ ਹੈ, ਅਤੇ ਇਹ ਇਹ ਮਜ਼ਾ ਆਉਂਦਾ ਮਿਲਿਆ ਕਰਮਾਂ ਨਾਲ ਹੀ ਹੈ ਵੀ ਸ਼ੌਂਕ ਪ੍ਰੋਫੈਸ਼ਨ ਬਣ ਗਿਆ, ਫਿਰ 2 ਪੈਸੇ ਵੀ ਆਉਣ ਲੱਗ ਗਏ, ਨਾਲੇ ਫਲੀਆਂ ਤੇ ਨਾਲੇ ਫਲੀਆਂ ਤੇ ਨਾਲੇ ਨਜ਼ਾਰੇ। ਅੱਛਾ ਬਾਈ ਜੀ, ਤੁਸੀਂ ਦੱਸੋ ਤੁਹਾਡੀ ਹੁਣ ਜਰਨੀ ਕਾਫੀ ਫਿਲਮਾਂ ਦੇ ਵਿੱਚ ਨਾਲ, ਹੁਣ ਵਾਰਨਿੰਗ 2 ਕਿਉਂਕਿ ਆਪਣੇ ਆਪ 'ਚ ਹੀ ਨਾ ਹੁਣ ਫਰੈਂਚਾਈਜ਼ੀ ਬਹੁਤ ਵੱਡੀ ਬਣ ਗਈ, ਜੀ ਜੀ, ਇਹ ਨਾਮ ਵੱਡਾ ਹੋ ਗਿਆ ਇਹਦਾ, ਬਾਈ ਹੋਣਾ ਦੀ ਮਿਹਨਤ, ਤੁਹਾਡੀ ਮਿਹਨਤ, ਗਿੱਪੀ ਬਾਈ ਹੋਣਾ ਦੀ ਮਿਹਨਤ, ਸਾਰੀ ਟੀਮ ਜਿੱਦਾਂ ਲੱਗੀ ਹੈ, ਵਾਰਨਿੰਗ ਕਾਫੀ ਵੱਡਾ ਨਾਮ ਬਣ ਗਿਆ ਪੰਜਾਬੀ ਸਿਨੇਮੇ ਦੇ ਵਿੱਚ ਜੀ। ਤੁਹਾਡਾ ਕਿਵੇਂ ਦਾ ਕਿਰਦਾਰ ਇਹਦੇ ਵਿੱਚ, ਤੁਸੀਂ ਕਿਵੇਂ ਸੋਚਦੇ ਹੋ ਜਿੰਨਾ ਕੁ ਤੁਸੀਂ ਦੱਸ ਸਕਦੇ ਹੋ ਸੀਮਤ ਰਹਿ ਕੇ? ਜੀ ਮੇਰਾ ਕਿਰਦਾਰ ਇਹਦੇ ਵਿੱਚ ਇੱਕ ਮੇਰਾ ਪਸੰਦੀਦਾ ਕਿਰਦਾਰ ਹੈ, ਜਿਹੜੀ ਚੀਜ਼ ਮੈਂ ਲਾਈਕ ਕਰਦਾ ਕਰਨੀ, ਸੋ ਵੀ ਜਿਹੜੀ ਨੈਗੇਟਿਵ ਸ਼ੇਡ ਹੋ ਗਈ, ਹੁਣ ਥੋੜ੍ਹੇ ਐਕਸਪੈਰੀਮੈਂਟ ਜੇ ਕਰਨੇ, ਲੁੱਕਸ ਚੇਂਜ ਕਰਨੀ ਆ, ਅਤੇ ਇੱਕ ਮੇਨ ਚੀਜ਼ ਸੀਗੀ, ਇੱਕ ਤਾਂ ਗੇਪੀ ਬਾਈ ਨਾਲ ਜੁੜੇ ਹੋਏ ਆ Day 1 ਤੋਂ, ਸੋ ਜਿੰਨੇ ਵੀ ਉਹਨਾਂ ਨੇ ਮੈਨੂੰ ਫਿਲਮਾਂ ਦਿੱਤੀਆਂ ਨੇ ਇਨ ਦਾ ਪਾਸਟ ਹੈ ਨਾ, ਇੱਦਾਂ ਦੇ ਕਰੈਕਟਰ ਕੀਤੇ, ਮੈਨੂੰ ਸਵਾਦ ਹੁੰਦਾ ਚੀਜ਼ਾਂ ਕਰਨ ਨੂੰ। ਹੁਣ ਪਹਿਲਾਂ ਮੈਂ ਕੀਤੀ ਸੀਗੀ ਫਰਾਰ ਕੀਤੀ ਸੀ, ਉਦੋਂ ਬਾਈ ਨੇ ਸਾਰੇ ਡਾਇਲੋਗ ਲਿਖੇ ਸੀਗੇ ਮੇਰੇ, ਅਤੇ ਉਹ ਫਿਲਮ ਦੇ ਡਾਇਲੋਗ ਮੈਂ ਲਿਖੇ ਸੀ, ਔਰ ਜਦੋਂ ਆਈ ਫਰਾਰ ਉਹਦੇ 'ਚ ਜੱਗੀ ਦਾ ਕਰੈਕਟਰ ਸੀਗਾ ਕਪਤਾਨ ਦਾ, ਜਦੋਂ ਬਾਈ ਲਿਖਣ ਲੱਗੇ ਨਾ, ਜੀ ਜੀ ਜੀ, ਔਰ ਮਜ਼ਾ ਬਹੁਤ ਹੈ, ਮੈਂ ਦੇਖ ਕੇ ਮੈਂ ਕਿਹਾ ਵੀ ਬੰਦਾ ਘੈਂਟ ਆ ਯਾਰ ਇਹ, ਫਿਰ ਮੈਂ ਬਾਈ ਨੂੰ ਕਿਹਾ, ਔਰ ਫਿਰ ਚੱਕਰ ਕੀ ਨਿਕਲਿਆ, ਸਾਡੇ ਦੋਨਾਂ ਦਾ ਇੱਕ ਮਿੱਤਰ ਹੈ ਜੋਤਾ, ਉਹ ਸਾਡੇ ਕੋਟਪੂਰੇ ਦਾ, ਉਹ ਮੇਰਾ ਗਾਹਕ ਸੀ, ਕੱਪੜੇ ਕੁੱਪੜੇ ਲੈਂਦਾ ਸੀ ਮੇਰੇ ਤੋਂ ਪਹਿਲਾਂ, ਅਤੇ ਜੱਗੀ ਦਾ ਬੇਲੀ ਅਮੈਰੀਕਾ ਜਾ ਕੇ ਬਣ ਗਿਆ, ਫਿਰ ਆਪਸ ਸਾਡੀ ਗੱਲ ਉਹਦੇ ਰਾਹੀਂ ਹੋਈ, ਜੱਗੀ ਨੇ ਦੱਸਿਆ, ਕਰਮਾਂ ਦੀ ਗੱਲ ਆਪਾਂ ਕਰ ਰਹੇ ਹਾਂ, ਕੁਦਰਤੀ ਹੋ ਗਈ, ਕਰਮਾਂ ਦੀ ਗੱਲ ਹੋ ਗਈ। ਸੋ ਯੂ ਨੋ ਬਾਈ ਦੇ ਨਾਲ ਇੱਕ ਸੁਪਨਾ ਸੀਗਾ ਕੰਮ ਕਰਨ ਦਾ, ਜਦੋਂ ਬਾਈ ਨੇ ਡਾਇਲੋਗ ਲਿਖੇ ਸੀਗੇ ਮੇਰੇ, ਅਤੇ ਉਹ ਤੋਂ ਬਾਅਦ 'ਚੋਂ ਸਾਡੀ ਹੈ ਨਾ ਟਿਊਨਿੰਗ ਹੋਈ, ਫਰੈਂਡਸ਼ਿਪ ਹੋਈ, ਬਾਈ ਦਾ ਕੰਮ ਦੇਖਿਆ, ਵਾਰਨਿੰਗ ਮੈਨੂੰ ਲੱਗਦਾ ਜਿੱਦਾਂ ਬਾਈ ਨੇ ਆਪਦਾ ਥੰਮ ਛੱਡਿਆ ਬਹੁਤ 'ਚ ਹੈ ਨਾ, ਵੀ ਇੱਕ ਨੈਕਸਟ ਲੈਵਲ ਪਲੈਟਫਾਰਮ ਤੋਂ ਲੈ ਗਏ ਸੀਗੇ ਕੰਮ, ਅਤੇ ਉਦੋਂ ਬਾਅਦ ਜਦੋਂ ਵਾਰਨਿੰਗ 2 ਆਫਰ ਹੋਈ ਮੈਨੂੰ, ਅਤੇ ਮੈਨੂੰ ਵਾਰਨਿੰਗ 2 ਤਾਂ ਮੈਨੂੰ ਸੀਗਾ ਮੈਂ ਪੰਮੇ ਨਾਲ ਕੰਮ ਕਰਨਾ, ਕੁਛ ਚੀਜ਼ਾਂ ਬਾਈ ਇੱਦਾਂ ਹੁੰਦੀਆਂ ਨਾ, ਉਹ ਖਹਿੜਾ ਨਹੀਂ ਛੱਡਦੀਆਂ ਨਾ, ਜਿਵੇਂ ਤੁਹਾਡਾ ਕਈ ਕਿਰਦਾਰ ਹੀ ਇੱਦਾਂ ਦੇ ਐਕਟਰ ਨਿਭਾ ਜਾਂਦੇ, ਉਹ ਸਾਰੀ ਉਮਰ ਜਾਣੇ ਹੀ ਉਸੇ ਨਾਲ ਜਾਂਦੇ ਆ, ਜਿਵੇਂ ਗਿੱਪੀ ਬਾਈ ਹੁਣੀ ਪਿੱਛੇ ਜੇ ਕੈਰੀ ਓਨ ਜੱਟਾ 3 ਦੀ ਪ੍ਰਮੋਸ਼ਨ ਲਈ ਆਏ ਸੀ, ਉਹ ਕਹਿੰਦੇ ਵੀ ਸਾਨੂੰ ਸਾਊਥ ਵੱਲ ਲੁੱਕੀ ਬਾਈ ਸਾਡੇ ਨਾਂ ਨਾਲ ਤੇ ਜਾਣਦੇ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਗਿੱਪੀ ਗਰੇ ਵਾਲਾ, ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੈਰੀ ਓਨ ਜੱਟਾ ਵੇਖੀ, ਉਹਦੇ ਵਿੱਚ ਜਿਹੜਾ ਨਾਂ ਹੈ ਉਹਦੇ ਨਾਂ ਨਾਲ ਆਵਾਜ਼ ਮਾਰਦੇ, ਕਿਉਂਕਿ ਕਿਰਦਾਰ ਬੰਦੇ ਨਾਲੋਂ ਵੱਡਾ ਹੋ ਜਾਂਦਾ, ਬਿਲਕੁਲ ਸਿਨੇਮਾ ਅਸਲ ਜ਼ਿੰਦਗੀ 'ਚ ਬੰਦਾ ਕਿ ਉਹਨੂੰ ਉਹਦੇ ਨਾਲੋਂ ਵੀ ਵੱਡਾ ਬਣਾ ਦਿੰਦਾ। ਹੁਣ ਤੁਹਾਡਾ ਮੇਰੇ ਖਿਆਲ ਕਪਤਾਨ ਕਿਰਦਾਰ ਜਿੰਨਾ ਫੇਮਸ ਸੀਗਾ, ਹਾਂਜੀ, ਅਤੇ ਉਹ ਬਹੁਤੇ ਲੋਕਾਂ ਨੂੰ ਭਾਵੇਂ ਅਸਲੀ ਨਾਂ ਨਾਲ ਲੋਕ ਜਾਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਕਹਿੰਦੇ ਉਹ ਕਪਤਾਨ ਹੀ ਜਿਹੜਾ ਫਰਾਰ ਚ, ਕਪਤਾਨ ਵੀਰੇ, ਫਿਰ ਬਾਅਦ 'ਚ ਚਾਦਰ ਵੀਰੇ, ਫਿਰ ਉਹ ਵੇਰੀਏਸ਼ਨ ਦੇ ਵਿੱਚ ਜਦੋਂ ਕੋਈ ਪਿੱਛੋਂ ਆਵਾਜ਼ ਮਾਰਦਾ ਚਾਦਰ ਹੋਏ, ਸਿਰ ਨੀ ਕੱਢਿਆ ਪੰਮੇ ਨੇ, ਤਾਂ ਪੈਰਾਂ ਤੋਂ ਲੈ ਕੇ ਸਿਰ ਤਿੱਕਰ ਹੀ ਖੜਾ ਕੀਤਾ, ਉਹ ਕਰੈਕਟਰ ਹੀ ਹੈ। ਹੰਬਲ ਦੇ ਨਾਲ ਕਾਫੀ ਤੁਹਾਡਾ ਨਿਯਤ ਆ, ਤੁਸੀਂ ਕਾਫੀ ਮੋਸਟਲੀ ਤੁਹਾਡੇ ਪ੍ਰੋਜੈਕਟ ਜਿਹੜੇ ਨਾਲ ਗਿੱਪੀ ਬਾਈ ਹੋਣਾ ਤੇ ਹੰਬਲ ਦੇ ਨਾਲ ਹੀ ਹੁੰਦੇ ਆ, ਇੱਧਰ ਕਿਵੇਂ ਯਾਰਾਨਾ ਪਿਆ ਤੇ ਕਿਵੇਂ ਚੱਲ ਰਿਹਾ ਯਾਰਾਨਾ? ਮੈਂ ਨਾ ਸ਼ਰੀਕ ਫਿਲਮ ਦੀ ਸ਼ੂਟਿੰਗ ਕਰੀ ਜਾਂਦਾ ਤੇ ਉਹਦੇ ਤੋਂ ਮੈਂ ਪਹੁੰਚਿਆ, ਹੁਣ ਲਾਡੀ ਬਾਈ ਦੇ ਨਾਲ ਹੀ ਹੁੰਦਾ, ਅੱਛਾ, ਡਰਾਈਵਰ ਕੰਮ ਬਾਡੀ ਗਾਰਡ ਵੀ, ਭਰਾਵਾਂ ਵਾਂਗੂ ਆ ਜਾਣੀ ਕਿ,
लाडी की नोवा मेरे लगी हुई सी। तुसी देखो किवें मिलते हैं सारे कट्ठे होंगे हूँ लाडी कनेडा असी मैं तो लाडी कट्ठे ही फिरते हूँ। अच्छा असी मैं एयरपोर्ट तो लैके आया लाडी तो मैं लाडी कहा लाडी वो नोवा तो आ अपने को लगता टैसला से साढ़े को उसे भी ए उ आप दोनों ने शरीक तो उतो लाडी ने मैं घर छड़ा सी। मैं फोन आ गया करमजीत बाई का कहते कितने मैं क्या जी मैं कोटकपुरे हाँ केंद्र इधर नू आ सकता मैं क्या कदों केंद्र हूने हूँ कोटकपुरों चार घंटे लगते थे उदो साढ़े चार पाँच हूँ तो ढाई क लगते हैं पुल पल बन गए तो मैं क्या बई मैं उतों हूँ केंद्र आ जा तू आ गल कर वो गिप्पी बाई नू फोन फड़ा था। अच्छा मैं बई सत श्रीकाल जी। एक बार करमजीत बई मैं गिप्पी बई के घर भी असं गए भी ये मुंडा लिखदा तो ठीक है हाँ भी हाँ। एक बार मिलाया मैं करमजीत बई ने मेरी बहुत सपोर्ट की है। अच्छा भी मैं एवं कह देंगे भी तू चंडीगढ़ इतने रहने लग जा हाँ मेरे घर रह पी। अच्छा बहुत सपोर्ट की बई ने मेरी भी तू इत आ जा यार भी तू उ आई हो जूगा तू इधर आ जा मेरे घर रह पा करी कोई नहीं। तो जो गल कराई तो मैं फिर उतों मुंडे आए मरी तो मेरे वाली नोवा चक्की असी मेरे ना भूरा सी मैं भूरा दोनों निकल पे नाल दी नाल ही। अच्छा लॉक का शूट चलता सीगा समीप कंग बाई ने गल की थी सी। अच्छा यार वो जट बॉज वाले तो लिखाओ जे डायलॉग लिखाने तुसी कैड़े लिख रहा हाँ फरार दे। मैं उत्थे गया बाई नूं मिलिया वैनिटी च जाके ते मैनूं कहिंदा इत्थे ही बह जा जिवें बाई दा हिसाब है ही है भी बाई दा ए नहीं है भी तुसी जे जाओगे थोड़े पहला अंदर वड्डा बंदा स्टार बंदा थोड़े अंदर एक रहूगा यार हुंदी है पर जो तुसी हैलो कर लें जां कोले सामने हुंदे ना वो आपदे औरे च लै लैंदे वो थोनू बहुत रिलैक्स कर लेंदे ਕਹਿੰਦੇ ਉਹ ਕਹਿੰਦੇ ਨਾ ਵੀ ਵੱਡਾ ਬੰਦਾ ਹੁੰਦਾ ਹੀ ਉਹ ਆ ਜਿਹੜਾ ਕੋਲ ਬੈਠੇ ਨੂੰ ਨਿੱਕੇ ਹੋਣ ਦਾ ਅਹਿਸਾਸ ਨਾ ਹੋਣ ਦਾ ਸਹੀ ਹੈ ਔਰ ਉਹ ਮੈਂ ਐ ਬੈਠਿਆ ਮੈਨੂੰ ਕਹਿੰਦੇ ਆਇਆ ਉਹ ਗਾਣੇ ਕੈਬਜਾਂ 'ਚ ਬਹਿ ਗਏ ਕਹਿੰਦੇ ਮੈਂ ਤੈਨੂੰ ਆਹ ਸੁਣਾਉਣਾ ਮੈਨੂੰ ਲਾਈਨਾਂ ਕਹਾਣੀ ਮੋਟੀ ਮੋਟੀ ਸੁਣਾਉਣੀ ਸ਼ੁਰੂ ਕੀਤੀ ਉਦੋਂ ਨੂੰ ਸ਼ੋਟ ਆ ਗਿਆ ਸ਼ੋਟ ਆ ਗਿਆ ਅਤੇ ਬਾਈ ਕਹਿੰਦੇ ਮੈਂ ਸ਼ੋਟ ਦੇ ਕੇ ਆ ਗਿਆ ਬਾਈ ਜਦੋਂ ਵਾਪਸ ਆਏ ਮੈਂ ਦੋ ਕੁ ਲਾਈਨਾਂ ਸੁਣਾ ਤੀਆਂ ਮੈਂ ਕਿਹਾ ਬਾਈ ਵੀ ਐਂ ਕਰਕੇ ਇੱਦਾਂ ਦਾ ਕੁਛ ਜੀ ਆਇਆ ਕਹਿੰਦੇ ਯਾਰ ਡਨ ਤੂੰ ਲਿਖ ਲਏਗਾ ਕਰਕੇ ਕਲਿੱਕ ਹੋ ਜਾ ਸ਼ੁਰੂ ਚੱਲ बस वो दिन गया दिन आया बाबे की मेरे ना लगे रहे लगे रहे लगे रहे उदों फरार तो बाद अरदास बाई शुरू कर दिया। अच्छा मैं मैनू ऑफिस उदों घर ऑफिस हुंदा सी ते उदों हंबल मोशन शुरू हुंदी शुरू हुई। अच्छा उस तो बाद फिर दूजे असी दूजे स्टार्ट वाले पासे ऑफिस जावड़ा फिर मैं ये रौला पाना शुरू कर लिया विनोद बई हरदीप बई सारे मैं क्या कुछ करिए छोटा जि कर लीए भी मैं तो सोचता हूँ सी मैं घड़ी बन के जाया करनी रोटी वाला डब्बा लैके जाया करना नाल ऑफिस बैठा करा आ बई का कमरा सी इधरला कमरा बई ने मैनू देता जी वेद उत बैठे असी ना हूँ शेर की कौम पंजाबी रख्या पहला वह ना वीरा सी। अच्छा वह कहानी तो काम चलता रहा स्टोरी बाई तो डायलॉग्स से मैं नाल हूँ सी चलता रहा जी करदे 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 फिर अपना ऑफिस इधर आ गया नवी थान ते शुरू उधरले पासे ही सी। मैं इंग्लैंड गया सी ते बाई दा मैनू फोन आया मैं देखा तो विआह ते गया सी मैं ते मैं बैक कॉल आई कहिंदे कित्थे मैं गई इंग्लैंड कहिंदे आया फिर मैं गई ठीक है मैं कहा भी चल दो तीन दिन तक जा वड़दे मैं फिर दो दिन उत्थे लाए मैनू कहिंदे हाँ पहुँच गया मैं कहा नहीं बई मैं उत्थे ही हाँ ये मैनू याद है एक तरीक की गल है साल ਕਿਹੜੇ ਕਿਹਦੀ ਗੱਲ ਹੋਵੇ ਇਹ ਉਦੋਂ ਅਸੀਂ 16-17 ਜਾਂ ਇਹਦੇ 17-18 ਦੇ ਆਸੇ ਪਾਸੇ ਹੋਊਗੀ ਜਦੋਂ ਇੱਕ ਸੰਧੂ ਹੁੰਦਾ ਸ਼ੁਰੂ ਹੋਣੀ ਸੀ। ਅੱਛਾ ਉਸ ਤੋਂ ਪਹਿਲਾਂ ਮੈਨੂੰ ਆਇਆ ਫੋਨ ਤੇ ਮੈਂ ਕਿਹਾ ਅੱਛਾ ਮੈਂ ਮੇਰੀ 10 ਤਰੀਕ ਦੀ ਟਿਕਟ ਸੀ ਓਕੇ ਮੈਂ ਫਿਰ ਰਾਤ ਨੂੰ ਮੋਬਾਈਲ ਤੇ ਆਪ ਹੀ ਕੱਢ ਕੇ ਮੇਕ ਮਾਈ ਟ੍ਰਿਪ ਵਾਲਾ ਹੋ ਜਿਹੜੀ ਉਹ ਕਰਾਈ ਸੀ ਉਹਦਾ ਫਿਰ ਛੱਡਤੀ ਹੁਣ ਵਾਪਸ ਲੈਣੇ ਆਪਾਂ ਨੂੰ ਆਉਂਦੇ ਨਹੀਂ ਉਹ ਕੀ ਕਿਵੇਂ ਹੁੰਦਾ ਮੈਂ ਤਾਂ 43,000 ਦੀ ਮੈਨੂੰ ਪਤਾ ਟਿਕਟ ਹੋਈ ਮੈਂ ਰਾਤ ਨੂੰ ਹੀ ਕਰਾਈ ਉਹ ਕਰਾ ਲਈ ਆਪਾਂ ਅਗਲੇ ਦਿਨ ਚੜ ਗਏ ਮੈਂ ਆ ਗਿਆ ਆਫਿਸ ਮੈਂ ਆਫਿਸ ਆਇਆ ਤੇ ਉੱਥੇ ਕੋਈ ਬਾਈ ਤਾਂ ਹੀ ਨਾ ਮੈਂ ਕਿਹਾ ਵੀ ਬਾਈ ਕਾਲ ਕੀਤੀ ਕਹਿੰਦੇ ਬਾਈ ਤਾਂ ਕਨੇਡਾ ਮੈਂ ਕਿਹਾ ਅੱਛਾ ਜੀ ਤੇ ਮੈਂ ਕਿਹਾ ਕੋਈ ਫਿਲਮ ਹਰਦੀਪ ਬਾਈ ਨਾਲ ਗੱਲ ਕੀਤੀ ਵਿਨੋਦ ਨਾਲ ਵੀ ਫਿਲਮ ਕਿਹੜੀ ਕਿਵੇਂ ਕਦੇ ਵੀ ਕੋਈ ਫਿਲਮ ਨਹੀਂ ਆਉਣੀ ਹੁਣ ਉਹ 'ਚ ਦੋ ਗੱਲਾਂ ਸੀ ਇੱਕ ਤਾਂ ਮੈਂ ਝੁਰ ਜਾਂਦਾ ਵੀ ਯਾਰ ਇੱਥੇ ਤਾਂ ਕੋਈ ਵਾਈ ਤਾਂ ਹੀ ਨਹੀਂ ਤੇ ਬਾਈ ਨੇ ਕਹਿ ਤਾ
मैं नाल दी नाल ही पास हो गया भाई नू मैसेज मरा मैं उस्ताद जी मैं पहुँच गया कहते ठीक है तेन फोन आता मैं इतने तक किसी पता नहीं कहते बस मैं ये गल लै ली भी देखा थोनू कह नहीं पता मैनू पता ठीक है संधु हुंदा उधरों मैं डायरेक्टर साहब का फोन आ गया विनोद भाई कहते डायलॉग लिखने हाँ जी पैसे दसो मैं जो जिमें हो कोई नहीं दवा दे चल पाया संधु का शूट चलना सी फिर मैं रौला उ शुरू किया हुआ सी भी कुछ करिए विनोद भाई वेंटी चढ़ लगे मगर हरदीप भाई इधरों हरदीप भाई उतर लगे इधरों मैं भज के आया मैं डायलॉग लिखता सी मैं दोनों घेर ले मैं चलो गल करो भी छोटा कैमरा जहा दे दो भी वो ते ही कर लाँगे बाई को गए बाई कहते यार एक मेरे दिमाग च हैगी है छोटी जी कहानी वो फिर कर लोंगे तो आ जा सुनावा वो सुनाई की तू डायलॉग लिख ली मैं ठीक है मैं डायलॉग लिख दू बस आई करते करते अमर डायरैक्ट कर लो इनू कर लो 18 मिनटों की हो सी कर ली सी वह भी हंबल करनी हुई अच्छा बस फिर वार्निंग बनती है बाई का हिसाब आए हैं भी अज गल डन हुई एक मैं फोटो दिखाई बाई कहते हाँ ठीक है ये पोस्टर बनाने हने गल डन हुई है हने मैनू मैं दूजी वेंटी च गया कहते मैसेज आ गया यार पोस्टर के उत्ते लाइन की होगी सोच मैं क्या जी किमें कहते भी जिमें हूँ अजक बेरोजगारी है फ्री आए हैं वेले मैं क्या बई वेले हैं बंदा बुंदा मरवा लो अच्छा कहते यार हाँ ठीक है वो पाई विद इन एक घंटे के टॉप पोस्टर बन के तो मैं कहते प्रिंस नूं आए मरो मैं गया मैनू जो हरदीप भाई वह फोटो भी हैगी हरदीप भाई ने भेजे मैं भी वह दिखाई जाते गिप्पी भाई वो पोस्टर जो दिखाया ए दिखाया मेरा उत्थे मन भरिया मैं कह रहा आप सोचते होंने ना भी पोस्टर सिंगल बड़ी शाय हाँ तो मैं कदे भी ना मैनू सारे कहते होंगे भी यार पोस्टर शूट करना पोस्टर शूट मेरा जमा जी नहीं करता हूँ फोटो खिचाने मैं कर जा इधर कोने जे लाउणगे जा उधर लाउणगे भी ये किहड़ा फोटो शूट होया यार फिर वह जो लगी ना होड़ो फिर स्वाद ही वक्रा फील पूरी फिर आया नजारा ते फिर उदो याद किनू किया ध्याया किनू उदो चेते की आया कई बंदा फिर बोलता ना यार भी कितों आए हैं शुरुआत कितने की फ्लैशबैक वाई फ्लैशबैक मेरी ना असल मेरे ब्रदर की ज्यादा चलती होंगी मैनू याद आ मैं जो मेरे ब्रदर ने दस्या मैनू गिप्पी भाई ने डायलॉग लिखने दते हैं करके ये अमेरिका शूट करते थे इंडिया रात होंगी सी उधर दिन हों शाम भी जो उधर शूट करना भी मैनू बाई कहते भी कितने लोड़ ना पवे तो मैं सारी रात जागता हों अच्छा। टाइप वाला मेरा यार सीगा अच्छा। दुकान च बैठे रेंदे गल्ला मारी जानियां भी लाइन आई जांदियां मैं रात नूं उदों मैनू पहली बार पता लगे भी मैं इन्नी छेती भी लिख लैंदा नहीं तां हुंदा सी ओ यार मूड जिहा बणू कहानी जी आऊ माहौल जिहा बणावांगे फिर लिखांगे ऐ करांगे उदों मैनू पता लग गया फिर मैं बाई नूं मैसेज किया मैं कहा बई सब तो पहलां तां तुहाडा थैंक यू गिप्पी बाई नूं किया मैं कहा भी मैनू पता ही नहीं सी मैं इन्नी छेती भी लिख लैंदा भी तुसीं मैनू सीन भेज दिया मैं चाके ठाठा लिखना शुरू कर लैंदा फिर मेरे ब्रदर ने मैनू गल समझाई सी जदों फरार दी प्रमोशन हुई तो बाई मैनू लै गए घरे हुण किसी दे वड्डे बंदे नाल जाने आपां तां मगर स्कूटर ते बैठे नहीं माण हुंदे अमीर यार दे है ना भी तुसीं गड्डी च नाल ते आई जाने मैं गड्डी च उतरिया दे हैप्पी अर्गे राय कोटी अर्गे तां पहलां भी मैं पर कमरे जावड़ा ऑफिस जो पुराना बाई कहते प्रिंस इधर हाँ मैं गां गया फिर मैनू मिलाया भी ये प्रिंस जिन्हें डायलॉग लिखे भी फिल्म आने तो पहला मेरी चंगी बाई ने चढ़ाई की हुई सी भी बंदा डायलॉग इन्हें लिखे बी फिर उपर बैठे सी सारे जने मैं फिर ब्रदर नू मेरे नू मैसेज किया भी मैनू बाई आ जाए करे लगे फिर मेरे ब्रदर ने मैनू कहा कहिंदा देखो जिंदगी च किते कोई बंदा तो थोड़े कोल होना चाहिए जिदे लई तुसीं हर टाइम हाजिर रहो वो थोनू कोई मेरा इस गल च मैं मशहूर हाँ हरदीप बाई अर्गे भी कहिंदे हुंदे मैनू बाई का मैसेज फोन आ गया मैं जिथे मर्जी फिरदा मैं पहुंच जाना हुंदा अच्छा फिर नहीं वेखना
ਆ ਹੁਣ ਵੀ ਟਿਕਟ ਬੁੱਕ ਕਰਾ ਲੈਣੀ ਫਿਰ ਕੈਂਸਲ ਕਰਾਉਣੀ ਹੁੰਦੀ ਨਹੀਂ ਤੇ ਹੋ ਜਾਣੀ ਹਾਂ ਤੇ ਹੁਣ ਵੀ ਮੈਨੂੰ ਜਦੋਂ ਬਾਈ ਕਹਿੰਦੇ ਹਾਂ ਵੀ ਮੈਂ ਠੀਕ ਆ ਕਹਿੰਦੇ ਯਾਰ ਉਹ ਕਿੱਥੇ ਆ ਮੈਂ ਵੀਜ਼ਾ ਹੈਗਾ ਤੇਰੇ ਕੋਲ ਮੈਂ ਸਾਰਾ ਕੁਛ ਹੈਗਾ ਮਾਂ ਤੇ ਕੰਮ ਲੋਟ ਆਇਆ ਹੈਗਾ ਹਾਂ ਬਿਲਕੁਲ ਤੁਹਾਨੂੰ ਇੱਕ ਬੰਦਾ ਵੱਡਾ ਬੰਦਾ ਯਾਦ ਕਰਦਾ ਤੁਸੀਂ ਇੰਨੇ ਜੋਗੇ ਹੋਏ ਤਾਂ ਫਿਰ ਪਹੁੰਚਣਾ ਚਾਹੀਦਾ ਸਾਨੂੰ ਆ ਫਿਰ ਉਦੋਂ ਬੰਦਾ ਐਵੇਂ ਆਪਣੀ ਇੰਪੋਰਟੈਂਸ ਦਿਖਾਉਂਦਾ ਰਹੇ ਵੀ ਹੁਣ ਮੈਂ ਵੀ ਤੇ ਪਾਪਾ ਬਣ ਗਿਆ ਇਹ 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 ਜਿੱਦੇ ਇਹ ਗੱਲ ਆ ਗਈ ਨਾ ਇਹ ਆਪਣੇ ਫਾਦਰ ਸਾਹਿਬ ਨੇ ਮੈਂ ਮੇਰੇ ਦਾਦੇ ਨੂੰ ਵੀ ਦੇਖਿਆ ਹੈ ਨਾ ਵੀ ਉਹ ਸਾਡੇ ਘਰੇ ਜਿਹੜਾ ਵੀ ਪਾਠ ਦਾ ਮਾਹੌਲ ਹੈ ਸਾਡੇ ਘਰੇ ਵਾਹਿਗੁਰੂ ਦਾ ਜਾਪ ਬਹੁਤ ਹੁੰਦਾ ਮੇਰੀ ਵੀ ਮੈਂ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਪਜੀ ਸਾਹਿਬ ਸਵੇਰੇ ਅਤੇ ਰਹਿਰਾਜ ਸਾਹਿਬ ਸ਼ਾਮ ਨੂੰ ਕਰਾਂ ਹੀ ਕਰਾਂ ਦੋਨੇ ਟਾਈਮ ਨਹੀਂ ਚੁਪਈ ਸਾਹਿਬ ਤਾਂ ਪੱਕਾ ਹੈ ਮੇਰਾ ਮੈਂ ਕਰਨਾ ਹੀ ਹੁੰਦਾ ਸਾਡੇ ਬਾਣੀ ਮੇਰੇ ਮੈਨੂੰ ਯਾਦ ਆ ਮੇਰੇ ਦਾਦਾ ਜੀ ਸਵੇਰੇ 3 ਵਜੇ ਉੱਠਦੇ ਸੀ ਠੀਕ ਹੈ ਜੀ ਉਦੋਂ ਪਟਵਾਰੀ ਸੀਗੇ ਉਹ ਪਹਿਲਾਂ ਇੱਕ ਸਕੂਲ 'ਚ ਹੈਡ ਮਾਸਟਰ ਹੁੰਦੇ ਸੀ ਉਹ ਜੋਬ ਛੱਡਦੇ ਸੀ ਫਿਰ ਪਟਵਾਰੀ ਲੱਗੇ ਉਹ ਸਵੇਰੇ 3 ਵਜੇ ਮੈਨੂੰ ਯਾਦ ਆ ਉਹਨਾਂ ਨੇ ਉੱਠਣਾ ਜੰਗਲ ਬਾਣੀ ਜਾਣਾ ਖੇਤ ਸਾਡੇ ਉੱਧਰ ਨੂੰ ਜਾਂਦੇ ਹੁੰਦੇ ਸੀ ਹਾਂ ਉਹਨਾਂ ਨੇ ਮੈਨੂੰ ਡਾ ਉੱਥੇ ਖੁੰਡਾ ਪਿਆ ਹੁੰਦਾ ਸੀਗਾ ਕੋਕਿਆਂ ਵਾਲਾ ਉਹ ਚੱਕਣਾ ਜਾਣਾ ਵਾਪਸ ਆਉਣਾ ਨਹਾ ਧੋ ਕੇ 4 ਵਜਦੇ ਨੂੰ ਉਹ ਪਾਠ ਕਰਨ ਬਹਿ ਜਾਂਦੇ ਸੀ ਅੱਛਾ 6:30-7 ਵਜੇ ਅਸੀਂ ਸਕੂਲ ਜਾਣਾ ਹੁੰਦਾ ਸੀ 7:15 ਸਾਡੇ ਸਕੂਲ ਲੱਗਦੇ ਹੁੰਦੇ ਸੀ ਸਕੂਲ ਸਾਡੇ ਘਰ ਦੇ ਸਾਹਮਣੇ ਹੀ ਸੀ 6:30-7:45 ਸਾਰੇ ਪਾਠ ਨਿਬੜੇ ਅਤੇ ਅਰਦਾਸ 'ਚ ਇਹ ਸਾਡੇ ਘਰੇ ਸੀਗਾ ਅਸੀਂ ਚਾਹੇ ਕੋਠੇ 'ਤੇ ਪਤੰਗ ਉਡਾਉਂਦੇ ਪਏ ਸ਼ਾਮ ਨੂੰ ਚਾਹੇ ਸਵੇਰੇ ਕਿਤੇ ਫਿਰਦੇ ਹਾਂ ਚਾਹੇ ਅਸੀਂ ਉੱਥੇ ਬੈਠੇ ਹਾਂ ਨਿੱਕੇ ਸਾਰੇ ਵੀ ਉਦੋਂ ਤਿੱਕਰ ਮੂੰਹ ਹੱਥ ਧੋ ਕੇ ਚਾਹੇ ਨਹਾਤੇ ਛੋਟੇ ਹਾਂ ਨਹੀਂ ਨਹਾਤੇ ਮੂੰਹ ਹੱਥ ਧੋ ਕੇ ਤੁਸੀਂ ਅਰਦਾਸ ਦੇ ਟਾਈਮ ਜ਼ਰੂਰ ਚਾਹੀਦੇ ਹਾਂ ਵਿੱਚ ਖੜ੍ਹੇ ਇਹ ਸਾਡੇ ਰੁਟੀਨ ਹੀ ਸੀਗਾ ਜੋ ਮਰਜ਼ੀ ਕਰ ਜੋ ਮਰਜ਼ੀ ਕਿਤੇ ਮੈਂ ਕੋਠੇ 'ਤੇ ਚਾਹੇ ਪਤੰਗ ਵੀ ਸਾਡੇ ਆਵਾਜ਼ ਪੈ ਜਾਂਦੀ ਸੀ ਵੀ ਆ ਜਾਓ ਵੀ ਸਾਨੂੰ ਪਤਾ ਹੁੰਦਾ ਸੀ ਵੀ ਨਾਲ ਵੱਟੇ ਦੇ ਬੰਨ੍ਹ ਕੇ ਪਤੰਗ ਛੱਡਤੀ ਨਾਲ ਦੇ ਨੂੰ ਫੜਾਤੀ ਪਾਵੇ ਨਾ ਬੰਨ੍ਹ ਕੇ ਜਾਵੜੇ ਬਾਹਰ ਖੇਡੀ ਜਾਂਦੇ ਸਾਨੂੰ ਪਤਾ ਸੀ ਵੀ ਇਸ ਵੇਲੇ ਸਾਡੇ ਅਰਦਾਸ ਹੋਊਗੀ ਵੀ ਆਏ ਵੇ ਆ ਦਾਦਾ ਜੀ ਤੁਸੀਂ ਪਹੁੰਚਣਾ ਬਿਲਕੁਲ ਨਹੀਂ ਇਹ ਪੁਰਾਣੇ ਤਾਪ ਹੀ ਨੇ ਨਾ ਫਿਰ ਜਿਹੜੇ ਬਜ਼ੁਰਗਾਂ ਦੇ ਵੱਡਿਆਂ ਦੇ ਅੱਛਾ ਬਈ ਮੋਸਟਲੀ ਜਿਵੇਂ ਮੈਂ ਕਿਤੇ ਪੜ੍ਹਿਆ ਸੀ ਕਹਿੰਦੇ ਵੀ ਵੱਡੇ ਬਣੋ ਪਰ ਉਹਨਾਂ ਸਾਹਮਣੇ ਨਹੀਂ ਜਿਨ੍ਹਾਂ ਤੁਹਾਨੂੰ ਵੱਡਿਆਂ ਕੀਤਾ ਹੋਵੇ ਇਹ ਗੱਲ ਅਸੀਂ ਕਹੀਏ ਇਹਦੇ ਤੇ ਮੈਂ ਤੁਹਾਨੂੰ ਗੱਲ ਦੱਸਦਾ ਗਿੱਪੀ ਬਾਈ ਕਰਨ ਆਏ ਡਬਿੰਗ ਇੱਕ ਸਟੂਡੀਓ 'ਚ ਇਹਦੀ ਇੱਕ ਸੰਧੂ ਹੁੰਦਾ ਸੀ ਅੱਛਾ ਮੈਨੂੰ ਕਹਿੰਦੇ ਤੂੰ ਆ ਜਾਈ ਉੱਥੇ ਵੀ 1-2 ਡਾਇਲੋਗ ਜੇ ਹੋਰ ਆਪਾਂ ਵੋਇਸ ਓਵਰ 'ਚ ਬਣਾਉਣੇ ਆ ਜਾਈ ਮੈਂ ਡਾਇਲੋਗ ਲਿਖੇ ਸੀ ਉਹਦੇ ਸੰਧੂ ਹੁੰਦਾ ਦੇ ਮੈਂ ਕਿਹਾ ਜੀ ਠੀਕ ਆ ਅਤੇ ਮੇਰੇ ਚੱਪਲਾਂ ਪਾਈਆਂ ਸੀ ਅਤੇ ਜਦੋਂ ਮੈਂ ਖਰੜ ਰਹਿੰਦਾ ਸੀ ਅਤੇ ਪੁਲ ਬੰਦਾ ਕਰਕੇ ਅਤੇ ਉੱਥੇ ਟਾਈਮ ਬਹੁਤ ਲੱਗਦਾ ਸੀ ਅੱਛਾ ਅਤੇ ਫਿਰ ਮੇਰੇ ਕੋਲ ਨੋਵਾ ਸੀਗੀ ਮੈਂ ਕਦੇ ਫਿਰ ਉਸ ਚੱਕਰ 'ਚ ਪਿਆ ਨਹੀਂ ਸੀ ਆਪਾਂ ਸਿਰ 'ਤੇ ਪਰਨਾ ਮੂੰਹ 'ਤੇ ਸਾਫਾ ਐਕਟਿਵਾ ਚੱਕਣੀ ਗਲੀਆਂ ਵੇਦੀ ਟੇਢੇ ਕਰਕੇ ਜਾ ਕੇ ਮੈਂ ਪਹੁੰਚ ਜਾਂਦਾ ਸੀ ਮੇਰੇ ਉੱਥੇ ਚੱਪਲਾਂ ਹੀ ਪਾਈਆਂ ਮੈਂ ਜਾ ਕੇ ਉੱਥੇ ਪਹੁੰਚ ਗਿਆ ਅਤੇ ਬੈਠੇ ਕੋਈ ਆਰਟਿਸਟ ਆਏ ਅਤੇ ਉਹ ਕੋਈ ਹੋਰ ਡਬਿੰਗ ਕਰਨ ਆਏ ਸੀ ਉੱਥੇ ਆ ਗਏ ਮਿਲਣ ਅਤੇ ਮੇਰੇ ਚੱਪਲਾਂ ਪਾਈਆਂ ਸੀ ਕਹਿੰਦੇ ਬਾਈ ਨੇ ਹੋਣਾ ਮੈਂ ਹਾਂਜੀ ਬਾਈ ਨੇ ਹੋਣਾ ਅਤੇ ਮੈਂ ਤਾਂ ਆਇਆ ਸੀ ਨਾਲ ਕਹਿੰਦੇ ਬੂਟ ਬਾਟ ਵਧੀਆ ਪਾ ਕੇ ਆਉਣਾ ਸੀ ਵੀ ਗਿੱਪੀ ਬਾਈ ਨੇ ਆਉਣਾ ਬੂਟ ਘੈਂਟ ਪਾ ਕੇ ਰੱਖ ਤੂੰ ਅੱਛਾ ਉਹ ਮੈਂ ਕਿਹਾ ਉਸਤਾਦ ਜਿੰਨੇ ਦੇ ਉਹਦੇ ਬੂਟ ਹੁੰਦੇ ਆ ਮੈਨੂੰ ਲੱਗਦਾ ਮੈਂ ਸਾਲ 'ਚ ਸਾਰੇ ਕੱਪੜੇ ਨਹੀਂ ਪਾਉਂਦਾ ਠੀਕ ਹੈ ਅਤੇ ਮੈਂ ਉਹਨੂੰ ਬਾਪ ਦੇ ਬੂਟ ਪਾ ਕੇ ਕਿੱਥੇ ਉਹ ਦਿਖਾ ਦੂੰ ਹੈ ਨਾ ਵੀ ਮੈਂ ਬਿਨਾਂ ਗੱਲੋਂ ਆਪਦੇ ਅੰਦਰ ਡੁਪਲੀਕੇਟ ਕੌਨਫੀਡੈਂਸ ਲਈ ਬਿਨਾਂ ਹੈ ਨਾ ਬਿਲਕੁਲ ਸੋ ਜਿਹੜੀ ਤੁਸੀਂ ਆਹ ਗੱਲ ਕਹੀ ਨਾ ਬਹੁਤ ਵੀ ਵੱਡੇ ਬਣੋ ਪਰ ਵੱਡੇ ਉਹਨਾਂ ਨੂੰ ਬਣ ਕੇ ਨਾ ਦਿਖਾਓ ਜਿਨ੍ਹਾਂ ਨੇ ਤੁਹਾਨੂੰ ਵੱਡੇ ਬਣਾਇਆ ਨਹੀਂ ਬਿਲਕੁਲ ਇਹ ਅਹਿਮ ਗੱਲ ਹੈ ਬਿਲਕੁਲ ਤੇ ਤੁਸੀਂ ਇਹ ਗੱਲਾਂ ਯਾਦ ਰੱਖਦੇ ਹੋ ਜੇ ਤੁਹਾਡੀ ਵੀ ਵਡਿਆਈ ਹੈ ਬੰਦੇ ਗੌਲਦੇ ਨਹੀਂ ਬੰਦੇ ਭੁੱਲ ਜਾਂਦੇ ਬੰਦਿਆਂ ਨੂੰ ਲੱਗਦਾ ਵੀ ਹੁਣ ਆਪਣਾ ਸਿੱਧਾ ਹੋ ਗਿਆ ਹੁਣ ਨਾ ਕਿਸੇ ਅਗਲੇ ਦਾ ਸਿੱਧਾ ਹੋਣ ਦੇਣਾ ਅਤੇ ਨਾ ਹੀ ਜਿਹਨੇ ਕੀਤਾ ਉਹਨੂੰ ਯਾਦ ਰੱਖਣਾ ਇਹ ਵੱਡੀ ਗੱਲ ਆ ਇਹਦੇ ਵਿੱਚ ਵੀ ਲਿਆਕਤ ਆ ਅੱਛਾ ਜੱਗੀ ਬਾਈ ਤੁਹਾਡਾ ਕਿਵੇਂ ਹੰਬਲ ਦੇ ਨਾਲ ਸਾਥ ਬਣਿਆ ਤੁਹਾਡੀ ਗਿੱਪੀ ਬਾਈ ਹੁਣਾਂ ਨਾਲ ਮਿਲਣੀ ਕਦੋਂ ਹੋਈ ਕਿਵੇਂ ਸ਼ੁਰੂਆਤ ਹੋਈ ਜਾਂ ਕਿੰਨਾ ਕੁ ਤੁਹਾਡੀ ਜ਼ਿੰਦਗੀ 'ਚ ਅਹਿਮ ਯੋਗਦਾਨ ਆ ਬਾਈ ਦਾ ਜਾਂ ਹੰਬਲ ਦਾ ਵੀਰੇ ਮੈਂ ਨਾ ਸਿਆਟਲ ਸੀਗਾ ਉਦੋਂ ਅਤੇ ਮੈਨੂੰ ਕਾਲ ਆਈ ਇੰਦਰ ਰਾਏ ਕੋਟੀ ਜੀ ਦੀ ਕਹਿੰਦੇ ਵੀ ਮੈਂ ਫਿਲਮ ਬਣਾ ਰਿਹਾ ਇੱਥੇ ਅਮਨ ਖਟਕਰ ਦੇ ਨਾਲ ਅਤੇ ਫਿਲਮ ਦਾ ਨਾਂ ਹੈਗਾ ਮਿਰਜ਼ਾ ਅਤੇ
मैं क्या ठीक है जी। तो उन्होंने पता सी मैं उत्थे थिएटर कर लग्या सी उदों थोड़ी क्लासा क्लूसा ही लईयां सीगियां ते चलो वह छड़ छड़ा के कहिंदे भी उन्होंने इदां नहीं कहा सी भी रोल हैगा फिल्म च कहिंदे भी ऊं प्रोडक्शन दे विच हैल्प चाहीदी है क्योंकि फैमिली बढ़ा रही है है ना। मैं क्या ठीक है मैं की हैल्प चाहीदी है कहिंदे बस इदां ही भी बैकग्राउंड दे विच आ लै आई आ कर ली आ कर ली है ना। मैं क्या ठीक है मैं कर लूँगा क्योंकि मेन मेन रीजन सीगा क्योंकि मैं बई दा बहुत वड्डा फैन सी हैगा भी है पर उदों इदां सीगा क्योंकि मैं पहला मिलिया नहीं सी बई नूं ते गाने फेवरेट लिस्ट ये वो सारा कुछ की बाई का हुंदा सीगा जी। ते मैं घरे पहुंचया ते उत्थे बलजीत सिंह दे सीगे ते बैठे कहिंदे भी गल्लां कीतियां इंदर भाजी कहिंदे भी यार भी आ मेरा नेफ्यू आ ते कोई हैगा अपनी फिल्म च रोल ते नो है ना इदां करके चलो चले गए। मैं क्या ठीक है उदों थोड़ा जिहा होया मैं क्या शायद मौका हैगा वो सांभ लैंदे आ कहिंदे ना। तो चलो उदों गीत बाई की शूटिंग चलती सी इंदा बाई मैनू सवेरे उठाउंदा 6:30-7 बजे कहिंदे यार तू एक कहिंदा सी ना भी तैनू एक ड्यूटी चाहीदी है। मैं कहा हाँ जी कहिंदा तू इदां कर भी तू गिप्पी नू ड्राइव करके आ सकदा शूट ते हर रोज। मैं कहा यार भी मैं बंदे दा फैन आ हां महीना उहदा ड्राइवर बन के रहूंगा आई डोंट मैनू प्रॉब्लम नहीं कोई अन्ना की पाड़ी दो अखी भाई उदू बाद इन्ना साडा प्यार फ्रेंडशिप एक समझो भी इन अ वे इंडस्ट्री च मैंने अडॉप्ट किया उन्होंने है ना जिन्ना भी उन्होंने मैं अगे भी देंदे ने काम या पिछे भी दिता कदे इदा नहीं है भी कोई चीज माड़ी है जां कोई चंगी है जे कोई होवे भी कोई इदा नहीं है भी मेरे वालों कदे भी ना होगी बाई नूं। बट जिवें हुण बाई ने पहला कहा सीगा भी जे मैं उदों कह दिंदा यार मैं क्यों चंगे कर्म भी होंगे जिथे बंदा रब भी थोनू सही दे दिंदा एक पोजीशन लाइफ च भी ओ तुसी लैनी है एक्सेप्ट करनी है जां नूं ठोकर देनी है इह ते बई मोह दीआं तंदां ने इह ते धौणा चों किले कढ के जाणा हां जी हां जी ओदां नहीं बंदा किसे बन्ने वी जा सकदा नहीं ते जाऊगा भी ते कल्ला ही होऊगा कल्ला ही हां जी ना कोई अग्गे होणा ते ना कोई पिछे होणा इह तंदां सारीआं मोह दीआं हुंदीआं बई कोई बचपन दी गल सुणाओ निक्के हुंदिआं फिर तुहाडीआं डायलॉग तों जां तुहाडी एक्टिंग तों लगदा भी तुसी अत उस वेले भी पूरी कराई होणी है स्कूल टाइम दे विच स्कूल टाइम ते ना डके वाली कुल्फी होंदी सी इहदे वाली ओरेंज कलर दी आउंदी हुंदी सी 25 पैसे वाली होंदी सी बांस दे डके ते संतरे वाली कहो हाँ 50 पैसे वाली होंदी सी ओ ऐ करके जिहड़ी स्टिप जी ते उदों छेड़ी गंजे गुंजे अरगे ते होर फिल्मां बहुत वेखदे सी असीं ते उन्हां दे ना साडे मुंडा सी टीटू सी मेरा बेली सी ओ दो डके जोड़ के तीन डके कट्ठे करने हुंदे सी असीं तीन डके कट्ठे करके ना उहदे इत्थे कट जा पा के रबड़ चढ़ा लैंदे सी दो डक्यां दे इक इत्थे ते इक डक्का अगो तिखा करके ठीक है उहदे चैन ला के रबड़ चढ़ा लैंदे सी उहनूं मरोड़ के ऐ करके चाकू अगों अगों बना के उहनूं ऐ कर लैंदे सी ते पिछले पासे उहदे निक्का जिहा डक्का पाया हुंदा सी अच्छा ते उन्हों पिछों ए नपना टुक करके बाहर आना सी बटन वाला चाकू है ना बटन वाला चाकू बना के फिर एक ने शशि कपूर बनना कि ने अमिताभ बच्चन बनना कि ने कुछ पूरी शूटिंग चलती सी पूरी पूरी फोटूआं बहुत खेडदा सी मैं छोटे पत्ते आउंदे हुंदे जिवें ताश है हाँ जी हाँ जी आई फिल्मां दे पोस्टर निक्के हुंदे सी हाँ मैनूं ABC साढ़े स्कूल छेवीं च लगती सी ABC अच्छा तो मैं तो तीजी च आउंदी सी सारी अच्छा क्योंकि वह फोटुआ के फिल्मों के ना नसीब कालिया शोले फलानी फलानी वह सारिया इंग्लिश च होंगे सी कोट मेरे मैं VCR पिछे पई सी मैं छोरी क्या ने VCR चलाया मेरा असल चाहे हुंदा सी लंबू दियां पांच फिल्मां जिंदगी च देखनी ही देखनी है अमिताभ बच्चन अमिताभ बच्चन नहीं असीं कदे कहे अमिताभ बच्चन जां लंबू अमिताभ ही चलदा सी ते मिथन नूं मिठन हुंदा सी मिठन एक सी कि मिस्टर नटवर लाल एक कंधा कानून एक शक्ति एक देश प्रेमी एक होर सी शक्ति चली जांदी सी छोरी के घरे अच्छा
ਮੈਨੂੰ ਦੱਸਤਾ ਟੀਡੂ, ਕਹਿੰਦਾ ਪੰਜਾਂ 'ਚੋਂ ਇੱਕ ਚੱਲਦੀ ਪਈ ਆ ਵੀ। ਮੈਂ ਕਿਹਾ ਵੀ ਜ਼ਿੰਦਗੀ ਫਿਰ ਸਫਲ ਆ ਜੇ। ਮੈਂ ਵੀ ਚਲੋ ਸਕੂਲੋਂ ਗੇਮ ਪਾ ਕੇ ਮੈਂ ਉਹਨਾਂ ਦੇ ਜਾ ਵੜਿਆ। ਉਹਨਾਂ ਦੀ ਕਰਿਆਨੇ ਦੀ ਦੁਕਾਨ ਸੀ। ਮੈਂ ਕਿਹਾ ਬੂਹਾ ਖੜਕਾ, ਭੀਸ਼ਮ ਸੀ ਉਹਨਾਂ ਦੇ ਇੱਕ ਮੁੰਡੇ ਦੇ ਨਾਲ, ਅਤੇ ਮੈਂ ਭੀਸ਼ਮ, ਕਹਿੰਦਾ ਹਾਂ, ਮੈਂ ਚੀਜ਼ ਲੈਣੀ ਆ। ਉਹਨੇ ਗੇਟ ਖੋਲਿਆ ਦਸੀ ਦਸੀ ਦੀ ਚੀਜ਼ ਲਈ, ਅਤੇ ਖੜ ਕੇ ਜਾਂ ਕਿਹੜੀ ਆ ਉਹ, ਕਿਹੜੀ ਆ, ਮੈਂ ਵੜ ਗਿਆ। ਮੈਨੂੰ ਉਹਨਾਂ ਨੇ ਬਿਠਾ ਲਿਆ। ਉਹ ਮੇਰੇ ਤਾਏ ਕੇ ਸੱਜਣ ਤਾਇਆ ਮੇਰਾ, ਉਹਨਾਂ ਦੇ ਕਿਰਾਏ 'ਤੇ ਰਹਿੰਦੇ ਸੀ ਉਹ। ਐਂ ਜੇ ਕਰਕੇ ਮੈਂ ਬਹਿ ਗਿਆ। ਉਹ ਟੀਟੂ ਵਰਗੇ ਬਾਣੇ ਨਹੀਂ ਦਿੱਤੇ ਉਹਨਾਂ ਨੇ। ਉਹ ਕੰਜਰ ਦੇ ਘਰੇ ਜਾ ਵੜੇ ਸਾਡੇ, ਅਤੇ ਘਰੇ ਜਾ ਵੜੇ, ਅਤੇ ਡੈਡੀ ਮੇਰੇ ਉਦੋਂ ਆਪਣੇ ਟਰੱਕ ਹੁੰਦੇ ਸੀ, ਅਤੇ ਉਹ ਨਾਲ ਗਏ ਹੋਏ ਸੀ, ਕਲਕੱਤੇ ਸਾਈਡ ਗਏ ਸੀ, ਅਤੇ ਉਹ ਕੋਈ ਪੁਲਿਸ ਵਾਲਾ ਨਾ ਉਹਦੇ 'ਚ ਡੰਡਾ ਭੁੱਲ ਗਿਆ ਸੀ, ਜਿਹਦਾ ਗੋਭੂ ਜਿਹਾ ਲੱਗਿਆ ਹੁੰਦਾ ਸੀ ਨਾ, ਬਾਂਸ ਦਾ ਮੋਟਾ। ਉਹ ਡੈਡੀ ਘਰੇ ਆਏ ਵੇ, ਅਤੇ ਉਹ ਕਹਿ ਜਾਂਦੇ ਨੇ ਘਰੇ ਜਾ ਕੇ ਦੱਸਦਾ ਵੀ ਉਹਦਾ VCR ਦੇਖੀ ਜਾਂਦਾ। ਬਸ ਫਿਰ ਮੈਨੂੰ ਬੁਲਾ ਲਿਆ, ਮੰਮੀ ਨੂੰ ਭੇਜਤਾ ਵੀ ਜਾਂ ਬੁਲਾ ਲਿਆ ਬਈ। ਅੱਛਾ, ਹੋਈ ਫਿਰ ਪੂਰੀ ਪੂਰੀ ਕਿ ਮੰਮੀ ਨੂੰ ਸਾਡੇ ਉੱਥੇ ਹੇਮਾ ਚਾਚਾ, ਉਹਦੀ ਮੰਮੀ ਬੇਬੇ ਸਾਡੀ ਸਰਜੀਤ ਕੌਰ, ਉਹਨੂੰ ਮਿਲੀ, ਅਤੇ ਬੁੜੀਆਂ ਦਾ ਹੁੰਦਾ ਸੀ ਵਿੱਚ ਪੈਰੀਆਂ ਥਲਾਉਣਾ, ਅਤੇ ਗੱਲਬਾਤ ਚੱਲ ਪੈਂਦੀ ਸੀ। ਹੋਰ ਸੁਖਵੰਤ ਠੀਕ ਆ? ਹਾਂਜੀ ਬੇਬੇ ਠੀਕ ਆ। ਮੈਂ ਘਰੇ ਜਾ ਵੜਿਆ। ਓਹੋ, ਮੇਰੀ ਜਿਹੜੀ ਸ਼ਰੌਲ ਹੋਈ ਕਾਹਦੇ ਨਾਲ, ਉਹ ਡੰਡੇ ਡੰਡ ਇੱਧਰ ਲਾਸਾਂ ਹੀ ਲਾਸਾਂ ਸੀਗੀਆਂ। ਡੈਡੀ ਨੇ ਇੱਕੋ ਵਾਰੀ ਕੁੱਟਿਆ ਸੀ ਮੈਨੂੰ ਜ਼ਿੰਦਗੀ 'ਚ, ਬਸ ਉਹੀ ਉਹੀ ਬਸ ਯਾਦਗਾਰ ਯਾਦਗਾਰ ਪੈਸਾ ਕੁੱਟਿਆ ਵੀ ਰੀਝ ਲਾਤੀ। ਹਾਂ, ਉਸ ਤੋਂ ਬਾਅਦ ਫਿਰ ਮਿਲੀ ਇੰਨੀ ਭਾਣ ਵੀ ਉਹ ਜਿਹੜੇ ਇੱਕ ਰੁਪਇਆ 50 ਪੈਸੇ 25 ਪੈਸੇ ਨੀ ਦਸੀ, ਉਹ ਆ ਵੀ ਜਿਹੜੇ ਇਕੱਠੇ ਹੋਈ ਜਾਂਦੇ ਹੁੰਦੇ, ਫਿਰ ਉਹ ਮੈਨੂੰ ਭਾਣ ਦਿੱਤੀ ਵੀ ਅੱਲਾ ਯਾਰ ਚੱਕ ਤੇਰੇ ਪਈਆਂ ਸੀਗੀਆਂ। ਕੰਪਨਸੇਟ ਕੀਤਾ ਉਹ, ਦੇਖੋ ਤਾਂ ਹੈ ਵੀ ਆਪਾਂ ਜੇ ਜਵਾਕ ਨੂੰ ਝਿੜਕਿਆ ਮੁੜ ਕੇ ਵਰਾਉਣ ਲਈ 2-4 ਰੁਪਏ ਵੀ ਨਾ, ਤੂੰ ਨੀ ਫਿਰ ਵੇਖਿਆ ਕਦੀ ਲੰਬੂ ਦਾ ਕੋਈ ਨਹੀਂ ਜਾਂਦਾ VCR ਤੇ ਤਾਂ ਜਾਂਦੇ ਰਹੇ ਅਸੀਂ। ਉਹ ਫਿਲਮ ਵਾਲਾ ਮੁੱਦਾ ਸੀਗਾ, ਮੇਰੇ ਚਾਚੇ ਦਾ ਮੁੰਡਾ ਸੀਗਾ, ਚੱਲੀ ਜਾਂਦੇ ਤੇ ਫਿਰ ਅੱਜ ਇੱਥੇ ਨਹੀਂ ਬੈਠੇ ਹੋਣਾ ਨਾ। ਹਾਂ, ਉਹ ਕੀੜਾ ਨਿਕਲ ਜਾਣਾ ਸੀ ਜਿਹੜਾ ਤੇਰੇ ਵਾਲਾ ਡਾਇਲੋਗ ਸੀ ਵੀ ਕੋਈ ਕੁੱਤੇ ਘੋੜੇ ਐਂ ਕਰਕੇ ਫਿਰ ਬਣਦਾ ਕਪਤਾਨ, ਉਹ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਹੁੰਦਾ ਸੀ। ਅੱਛਾ, ਵੀ ਫਿਰ ਬਣਦਾ ਚੰਨੀ, ਉਹਦਾ ਨਾਮ ਚੰਨੀ ਸੀ। ਹਾਂ ਹਾਂ, ਉਹਦੀ ਲਾਈਨ ਹੁੰਦੀ ਸੀ, ਉਹ ਬੜਾ ਸ਼ੌਕੀਨ ਸੀ ਫਿਲਮਾਂ ਦਾ। ਚੀਜ਼ਾਂ ਤੇ ਫਿਰ ਆਸੇ ਪਾਸੇ ਹੀ ਨਿਕਲਦੀਆਂ ਨੇ, ਜੇ ਬੰਦਾ ਕਈ ਵੀ ਕਮਰੇ 'ਚ ਬਹਿ ਕੇ ਨਹੀਂ ਨਹੀਂ ਤੇ ਆਪਣਾ ਹੀ ਬਸ ਚੀਜ਼ਾਂ ਘੜੀ ਉਹਦੇ ਉਹਦੇ ਫਿਲਮਾਂ ਦਾ ਇੰਨਾ ਕੀੜਾ ਸੀ ਵੀ ਉਹ ਸਾਡੇ ਨਾਥੀ ਸੀਗਾ VCR ਵਾਲਾ, ਨਾਲ ਉਹਦੀ ਚੱਕੀ ਸੀ ਤੇ VCR ਚਲਾਉਂਦਾ ਸੀ। ਅੱਛਾ, ਉਹਦੇ ਲੱਗ ਗਿਆ ਸੀ ਉਹ। ਓਕੇ, ਵੀ ਫਿਲਮਾਂ ਨਵੀਆਂ ਨਵੀਆਂ ਆਉਂਦੀਆਂ ਦੇਖੇ ਨਹੀਂ ਜਾਂਦੀਆਂ ਯਾਰ, ਉਹ VCR ਵਾਲੇ ਦੇ ਲੱਗ ਗਿਆ। ਨਾਲ ਮੈਂ ਟੱਚ ਚੱਕੇ ਕਈ ਵਾਰੀ ਤੁਰ ਪੈਂਦਾ ਵੀ ਚੰਨੀ ਚੱਲੀਏ, ਕਿਹੜੀ ਜਬੀ ਮੇਰੇ ਵਾਲੀ ਘੈਂਟ ਕੋਈ ਹੋਈ। ਮੈਨੂੰ ਯਾਦ ਆ ਰਜਨੀਕਾਂਤ ਜਤਿੰਦਰ ਦੀ ਫਿਲਮ ਆਈ ਜਾਲ। ਅੱਛਾ, ਠੀਕ ਹੈ ਜੀ, ਨਾ ਜਤਿੰਦਰ ਤੇ ਮਿਠਣ ਦੀ, ਰਜਨੀਕਾਂਤ ਦੀ ਆਈ ਤਮਾਚਾ। ਅੱਛਾ, ਤਮਾਚਾ 'ਚ ਰਜਨੀਕਾਂਤ ਕਹਿੰਦੇ ਵੀ 3 ਹੈ। ਅੱਛਾ, ਵੀ 3 ਬਣ ਜਾਂਦੇ ਆ ਉਹ 'ਚ ਸੀਗਾ ਵੀ ਉਹ ਕਰਕੇ ਜੇ ਇੱਕ ਹੋਰ ਆ ਗਿਆ, ਹਾ 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 ਕਰਕੇ ਹੋਰ ਆ ਗਿਆ, ਕਈ ਬਣਦੇ ਹੁੰਦੇ। ਉਹੀ ਸਾਨੂੰ ਕਰਿਓਸਟੀ ਵੀ ਆ ਯਾਰ ਤਮਾਚਾ ਆ ਗਈ ਇਹ ਦੇਖਣੀ ਆ ਹਨਾ। ਫਿਰ ਉਹਦੇ 'ਚ ਚੰਡੋਲ ਜੇ ਤੇ ਲੜਾਈ ਹੁੰਦੀ ਵੀ ਮਤਰਾ ਚੰਡੋਲ 'ਚ ਹੁੰਦੀ ਲੜਾਈ ਨਵੇਂ ਤਰੀਕੇ ਨਾਲ, ਉਹ ਇੱਦਾਂ ਦੀਆਂ ਗੱਲਾਂ ਬਸ ਵੀ ਬੈਠੇ ਦਿਮਾਗ 'ਚ ਚੱਲੀ ਜਾਣਗੀਆਂ ਵੀ ਫਿਲਮ ਦੇਖਣੀ ਦੇਖਣੀ, ਨਾਲ ਜਾਵੜਾ ਕਰਨਾ ਉਹਦੇ ਵੀ ਟਰੈਕਿੰਗ ਟਰੂਕਿੰਗ ਜਾਂ ਰੀਲ ਮੈਂ ਬਦਲ ਦੂੰਗਾ, ਮੈਨੂੰ ਬਿਠਾ ਦੇ ਤੂੰ ਆਪਦਾ ਇੱਧਰ ਉੱਧਰ ਜਾਈ। ਉਹ ਫਿਰ ਐਵੇਂ ਬੌਸੀ ਐਂ ਕਰਕੇ ਬੈਠਾ ਹੁੰਦੇ ਸੀ। ਹਾਂ, ਅੱਛਾ, ਖਾਣ ਪੀਣ ਸਭ ਤੋਂ ਪਹਿਲਾਂ VCR ਵਾਲੇ ਨੂੰ ਮਿਲਦਾ ਜੀ। ਅੱਛਾ ਬਾਈ, ਬੜੀਆਂ ਚੀਜ਼ਾਂ ਬਾਈ ਹੁਣ ਨਾ ਸੈੱਟ 'ਤੇ ਵੀ ਸ਼ੂਟ ਕਰਦੇ ਵੀ ਗੱਲਾਂ ਹੁੰਦੀਆਂ ਹੋਣੀਆਂ ਹੁਣ ਬਾਈ, ਜੇ ਜ਼ਿੰਦਗੀ ਇੰਨੀ ਦਿਲਚਸਪ ਰਹੀ ਆ, ਕਹਾਣੀਆਂ ਇੰਨੀਆਂ ਦਿਲਚਸਪ ਆ, ਤਾਂ ਸੈੱਟ 'ਤੇ ਵੀ ਫਿਰ ਖਰਮਸਤੀ ਪੂਰੀ ਹੋਣੀ। ਕੋਈ ਬਾਈ ਹੋਣਾ ਦੀ ਜਾਂ ਆਪਣੀ ਕੋਈ ਸੈੱਟ ਦੀ ਸਾਂਝੀ ਯਾਦ, ਕੋਈ ਤਾਜ਼ਾ, ਕੋਈ ਖਰਮਸਤੀ, ਕੋਈ ਇਲਤੀ ਕਿਸੇ ਨਾਲ ਐਡੀ ਤਗੜੀ ਕੀਤੀ ਹੋਈ ਸੈੱਟ 'ਤੇ? ਮਤਲਬ ਤਾਂ ਵੀ ਇਲਤ ਤਾਂ ਘੱਟ ਹੀ ਸੀ, ਇਹ ਥੋੜ੍ਹਾ ਜਿਹਾ ਨਾ ਵੀ ਕੰਮ ਸੀਰੀਅਸ ਹੋ ਜਾਂਦਾ। ਅੱਛਾ, ਉੱਥੇ ਜਾ ਕੇ ਬਾਈ ਕੰਮ ਦੇ ਦੌਰਾਨ ਫਿਰ ਸੀਰੀਅਸ ਹੋ ਜਾਂਦਾ, ਉੱਥੇ ਨਹੀਂ ਇਹੋ ਜਿਹੀਆਂ ਗੱਲਾਂ? ਉੱਥੇ ਹੀ ਦਿਨ ਜੱਗੀ ਰੋਲ, ਔਰ ਕਿਤੇ ਨਾ ਕਿਤੇ ਬਾਕੀ ਤਾਂ ਚਲੋ ਮਾਲਕ ਦਾ ਹੁੰਦਾ ਜਾਂ ਡਾਇਰੈਕਟਰ ਦਾ ਜਾਂ ਉਹਦਾ, ਪਰ ਕਿਤੇ ਨਾ ਕਿਤੇ ਮੇਰਾ ਜ਼ੋਰ ਪਾਸੇ ਬੈਠੇ ਦਾ ਲੱਗੀ ਜਾਂਦਾ ਹੁੰਦਾ ਵੀ ਯਾਰ ਜੇ ਕਿਤੇ ਜੱਗੀ ਆ ਜੇ ਨਾ ਇਸ ਰੋਲ ਲਈ। ਹੁਣ ਅਰਦਾਸਰੀ 'ਚ ਵੀ ਇਹਦਾ ਹੈਗਾ ਕਰੈਕਟਰ, ਹੈ ਨਾ, ਕਿਤੇ ਆ ਜੇ ਸਵਾਦ ਆ ਜਾਊ ਹੁਣ ਵੀ ਗੱਲ ਜੇ ਚੱਲੀ ਚੱਲੀ ਤਾਂ ਵੇਚਦੀ ਗੋਲ ਕੇ ਜੇ ਵਿੱਚੋਂ ਪਿੱਛੋਂ
ਨਾਪਲੀ ਵੀ ਹਾਂ ਹਾਂ ਜੱਗੀ ਜੱਗੀ ਹੁਣ ਇਹਨੇ ਵੀ ਆਉਣਾ ਸੀਗਾ ਵੀ ਬਹੁਤ ਚਿਰ ਬਾਅਦ ਇਕੱਠੇ ਹੋਣਾ ਸੀ ਅਤੇ ਕਰੈਕਟਰ ਉੱਥੇ ਹੁੰਦੇ ਸੀ ਵੀ ਏਦਾਂ ਇਹਦੇ ਕੱਟ ਪਾਉਣਾ ਇਹਦੀ ਲੁੱਕ ਦਾ ਉੱਥੇ ਚੱਲਦਾ ਸੀ ਇਹਨਾਂ ਗੱਲਾਂ 'ਚ ਫਿਰ ਬਹੁਤ ਮਜ਼ੇ ਆਉਂਦੇ ਜਦੋਂ ਇਹਦੇ ਕਦੇ ਕੰਮ ਦੇ ਵਿੱਚ ਕਦੇ ਕਿਵੇਂ ਆਉਣੇ ਕਦੇ ਕਿਵੇਂ ਫਿਰ ਬੈਠੇ ਵੀ ਇਹਦੇ ਐਂ ਕੱਟ ਪਾ ਲਈਏ ਇਹਦੇ ਐਂ ਕਰ ਲਈਏ ਉੱਥੇ ਬਾਈ ਵਰਗੇ ਸੀ ਔਫਿਸ 'ਚ ਬੈਠੇ ਅਮਰ ਨੇ ਨਵੀਂ ਲੁੱਕ ਕੱਢਣੀ ਇਹਨਾਂ ਨੇ ਕੁਛ ਫੋਟੋ ਭੇਜਣੀ ਉੱਦਾਂ ਦਾ ਮਾਹੌਲ ਹੋਣਾ ਅਤੇ ਜਦੋਂ ਅਸਲ ਛੂਟ ਛਾਟ ਚੱਲਦਾ ਉਦੋਂ ਐਂ ਜੇ ਹੋ ਜਾਂਦਾ ਵੀ ਜਿਵੇਂ ਹੁਣ ਐਕਤੀ ਸੀਗਾ ਵੀ ਵੈਨਟੀਆਂ 'ਚ ਨਹੀਂ ਬਹਿੰਦੇ ਸੀ ਅਸੀਂ ਅੱਛਾ ਪੁਰਾਣੇ ਹਿੰਦੀ ਗਾਣੇ ਲੱਗੇ ਹੁੰਦੇ ਕਿਤੇ ਡੌਨ ਦਾ ਲੱਗਿਆ ਵਾ ਕਿਤੇ ਕੋਈ ਲੱਗਿਆ ਵਾ ਹਨਾ ਕਦੇ ਬੋਦਾ ਆਪਣੀ ਯਰਾਨਾ ਦਾ ਸਾਰਾ ਜਮਾਨਾ ਉਦਾਂ ਦੀਆਂ ਗੱਲਾਂ ਪਹਿਲਾਂ ਜਦੋਂ ਆਪਣੀ ਬ੍ਰੇਕ ਵੀ ਹੁੰਦੀ ਸੀਗੀ ਬੰਦੇ ਵੀ ਜੋ ਖਾਂਦੇ ਸੀ ਜਾਂ ਕੋਈ ਕਮਿਊਨੀਕੇਟ ਵੀ ਕਰਦੇ ਸੀ ਜਾਂ ਇੱਧਰ ਇੱਦਾਂ ਸੀਗਾ ਵੀ ਉਹ ਇੱਦਾਂ ਵਿੱਚ ਰੀਅਲ ਲਾਈਫ 'ਚ ਕਰੈਕਟਰ ਹੀ ਘੁੰਮ ਰਹੇ ਸੀ ਉਦਾਂ ਦਾ ਮਾਹੌਲ ਹੀ ਮਾਹੌਲ ਇੱਦਾਂ ਹੋ ਗਿਆ ਸੀਗਾ ਜਿਵੇਂ ਅਸੀਂ ਆਪਾਂ ਸ਼ੂਟ ਕੀਤਾ ਸੀ ਇੱਕ ਸੀਨ ਰੇਤੇ 'ਚ ਬੱਸ ਵਾਲਾ ਸੀਨ ਹਨਾ ਉਦੋਂ ਕਾਫੀ ਔਖਾ ਸੀਗਾ ਬਾਈ ਦਾ ਸੀਨ ਉਹ ਫਿਜ਼ੀਕਲੀ ਕਾਫੀ ਕੰਮ ਕਰਨਾ ਪਿਆ ਸੋ ਫਿਰ ਜਿਹੜੀ ਨਾਲ ਕਾਸਟ ਸੀਗੀ ਉਹ ਵੀ ਉੱਥੇ ਰੇਤਿਆਂ 'ਚ ਬੈਠੇ ਆ ਗਰਮੀ ਪੂਰੀ ਪੈ ਰਹੀ ਹੈ ਸਾਰੇ ਮੈਂ ਸੀ ਡੈਡੀਕੇਸ਼ਨ ਬਹੁਤ ਸੀਗੀ ਬਹੁਤ ਜ਼ਿਆਦਾ ਅੱਛਾ ਬਈ ਕੋਈ ਇਸ਼ਕ ਮੁਹੱਬਤ ਵਾਲਾ ਸੀਨ ਵੀ ਕਰਨਾ ਕਿ ਸਭ ਮਾਰਤਾ ਨਹੀਂ ਕਰੀ ਜਾਣੀ ਨਹੀਂ ਨਹੀਂ ਅੱਗੇ ਆਪਾਂ ਕਰਨੀ ਹੈ ਸੈਕਟਰ 17 ਅੱਛਾ ਬਣੂ ਗੱਲ ਹਾਂ ਸੈਕਟਰ 17 ਮੈਂ ਨਹੀਂ ਤਾਂ ਹੁਣ ਕਿਤੇ ਬਸ ਚੱਕੂ ਇਹ ਗਣਾਸੀਆਂ ਚੱਲਣੀਆਂ ਹੁਣ ਨਹੀਂ 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 ਉਹ ਚ ਹੈਗਾ ਮਾਹੌਲ ਤੋਂ ਮਾਹੌਲ ਬਣਾਉਣਾ ਹਾਂ ਲਾਈਕ ਕਰਦੇ ਤੁਸੀਂ ਮਤਲਬ ਨਹੀਂ ਕਿਉਂ ਨਹੀਂ ਕਰਦਾ ਯਾਰ ਹੁੰਦਾ ਯਾਰ ਕਈ ਬੰਦੇ ਕਹਿੰਦੇ ਯਾਰ ਮੈਥੋਂ ਸੰਗ ਲੱਗਦੀ ਕੰਮ ਹੁੰਦਾ ਨਹੀਂ ਇੱਦਾਂ ਦਾ ਨਹੀਂ ਨਹੀਂ ਸੰਗ ਸੁੰਗ ਤਾਂ ਨਹੀਂ ਲੱਗਦੀ ਇਸ ਕੰਮ 'ਚ ਲਾਲੀ ਪਹਿਲਾਂ ਹੀ ਸੰਗ ਨਹੀਂ ਉੱਦਾਂ ਦਾ ਨਹੀਂ ਮਾਹੌਲ ਆਪਣੇ ਘਰਾਂ ਦੇ ਮਾਹੌਲ ਤਾਂ ਰਹੇ ਦੇਖੋ ਬੜੇ ਸਪਸ਼ਟ ਹੀ ਗਏ ਮੈਂ ਤਾਂ ਹੀ ਪੁੱਛਿਆ ਵੀ ਉਹ ਫਿਰ ਉਹ ਫੇਰ ਨਿਕਲਦਾ ਨਹੀਂ ਨਾ ਅੰਦਰੋਂ ਪਿੰਡ ਹੈ ਉਵੇਂ ਆ ਵੀ ਐਂ ਕਦੇ ਨਹੀਂ ਹੋਇਆ ਵੀ ਛੂਟ ਛਾਟ ਚੱਲੀ ਜਾਂਦਾ ਅਤੇ ਕੁੜੀਆਂ ਕੜੀਆਂ ਆਈਆਂ ਮੈਨੂੰ ਆ ਕੇ ਬੁਲਾ ਜੇ ਜਾਣ ਅਤੇ ਉਹ ਕਰ ਜਾਣ ਉਹ ਲਾਸਟ ਦਿਨ ਤੁਸੀਂ ਪੁੱਛੋ ਵੀ ਉਹ ਐਂ ਕਹਿੰਦੀਆਂ ਹੁੰਦੀਆਂ ਵੀ ਨਹੀਂ ਇਹਦੇ ਤੋਂ ਤਾਂ ਲੱਗਦਾ ਸੀ ਪਤਾ ਨਹੀਂ ਅੱਗੋਂ ਕੀ ਬੋਲੂ ਪਤਾ ਨਹੀਂ ਕੀ ਕਹੂ ਉਹਦਾ ਮੇਰਾ ਹੈਗਾ ਅੱਛਾ ਅਤੇ ਅੱਛਾ ਬਾਲੀਵੁੱਡ ਤੋਂ ਤਾਂ ਐਕਟਰ ਕਿਹੜਾ ਵਧੀਆ ਲੱਗਦਾ ਅੱਜ ਦੇ ਸਮੇਂ 'ਚ ਜਿਹੜੇ ਹੈਗੇ ਆ ਪੰਕਜ ਕਪੂਰ ਸਾਹਿਬ ਅੱਛਾ ਠੀਕ ਆ ਅਤੇ ਮਨੋਜ ਵਾਜਪੇਈ ਸਾਹਿਬ ਅੱਛਾ ਨਵਾਜੁਦੀਨ ਇਰਫਾਨ ਸਾਹਿਬ ਜਾਵੜੇ ਤੁਹਾਨੂੰ ਨਵਾਜੁਦੀਨ ਸਦੀਕੀ ਵੀ ਕਿਹਾ ਜਾਂਦਾ ਪੰਜਾਬੀ ਸਿਨੇਮੇ ਦਾ ਇਹ ਵੀ ਟੈਗ ਲੱਗਦਾ ਤੁਹਾਡੇ ਨਾਲ ਹਾਂ ਠੀਕ ਆ ਪਰ ਉਹ ਬਹੁਤ ਜ਼ਿਆਦਾ ਘੈਂਟ ਬੰਦੇ ਆ ਆਪਾਂ ਉਨੇ ਨਹੀਂ ਹੈਗੇ ਅੱਛਾ ਹਾਂ ਉਹ ਜ਼ਿਆਦਾ ਘੈਂਟ ਆ ਆਪਾਂ ਨੂੰ ਟਾਈਮ ਲੱਗੂਗਾ ਹਜੇ ਹੋਰ ਮਿਹਨਤ ਕਰਨੀ ਪੈਣੀ ਆ ਹੋਰ ਮੈਨੂੰ ਜਿਵੇਂ ਹੁਣ ਮੈਂ ਚਮਕ ਕੀਤੀ ਵੈਬ ਸੀਰੀਜ਼ ਮੈਂ ਹਿੰਦੀ ਦੀ ਪਹਿਲੀ ਵੈਬ ਸੀਰੀਜ਼ ਕੀਤੀ ਮੈਂ ਚਮਕ ਸੋਨੀ ਲਿਵ 'ਤੇ ਆਈ ਰੋਹਿਤ ਜਗਰਾਜ ਬਾਈ ਉਹਦੇ ਡਾਇਰੈਕਟਰ ਆ ਉਹ ਉੱਥੇ ਜਦੋਂ ਮੈਂ ਗਿਆ ਉਹ ਐਂ ਕਹਿੰਦੇ ਹੁੰਦੇ ਸੀ ਵੀ ਇਹ ਮੇਰਾ ਪੰਜਾਬੀ ਸਿਨੇਮੇ ਦਾ ਇਰਫਾਨ ਖਾਨ ਹੈ ਪਰ ਉਹ ਚਲੋ ਵਾਹਿਗੁਰੂ ਆਪਾਂ ਤਾਂ ਪੈਰਾਂ ਅੱਗੇ ਵੀ ਨਹੀਂ ਉਹਨਾਂ ਦੇ ਉਹ ਬਹੁਤ ਘੈਂਟ ਉਵੇਂ ਮਾਹੌਲ ਪਰ ਕਿਤੇ ਠੀਕ ਲੱਗਦਾ ਹੁੰਦਾ ਵੀ ਯਾਰ ਚੱਲ ਗੱਲ ਹੁੰਦੀ ਪਈ ਆ ਅਤੇ ਹੋਰ ਫਿਰ ਮਿਹਨਤ ਕਰਨ ਨੂੰ ਜੀ ਕਰਦਾ ਵੀ ਆਪ ਨੂੰ ਤਾਂ ਪਤਾ ਦੂਜਾ ਬੰਦਾ ਚਾਹੇ ਕਹਿ ਰਿਹਾ ਆਪ ਨੂੰ ਤਾਂ ਪਤਾ ਕਿ ਅਸੀਂ ਕਿੰਨੇ ਕੁ ਪਾਣੀ 'ਚ ਹੈਨਾ ਵੀ ਆਪਾਂ ਉਹਨੇ ਨਹੀਂ ਹੈ ਤੁਸੀਂ ਚਲੋ ਤੁਹਾਡੀ ਭਲਵਾਨ ਸੀ ਤੁਸੀਂ ਨਹੀਂ ਮੰਨਦੇ ਪਰ ਅਸੀਂ ਤਾਂ ਕਹਿ ਸਕਦੇ ਆ ਨਾ ਅਸੀਂ ਤਾਂ ਕਹਿ ਕਿਉਂਕਿ ਅਸੀਂ ਤੁਹਾਡਾ ਕੰਮ ਦੇਖਿਆ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਆ ਅੱਛਾ ਹੀਰੋਇਨ ਕਿਹੜੀ ਵਧੀਆ ਲੱਗਦੀ ਫਿਰ ਬਾਲੀਵੁੱਡ ਵਾਲੀ ਕੰਮ ਕਿਹਦਾ ਵਧੀਆ ਲੱਗਦਾ ਦੇਖੋ ਪਹਿਲਾਂ ਜੀ ਜਮਾਂ ਜਵਾਨੀ ਵੇਲੇ ਤੁਹਾਡੇ ਜਵਾਨੀ ਹੁਣ ਜਵਾਨੀ ਹਜੇ ਆਉਣੀ ਆਪਣੇ ਤੇ ਮੈਂ ਕਹਿੰਦਾ ਸੀ ਵੀ ਮੈਂ ਧੌਲੇ ਤੇ ਮੈਂ ਮਤਲਬ ਸੀਨ ਕਰਕੇ ਵਧਾਏ ਆ ਨਹੀਂ ਧੌਲੇ ਤਾਂ ਐਮੀ ਦੇ ਵੀ ਕਿੰਨੇ ਆ ਕਿਸਮਤ ਚ ਦੇਖੇ ਨੀ ਸਾਰਿਆਂ ਦੀ ਹੈਗਾ ਧੌਲੇ ਤਾਂ ਨਿੱਕੇ ਨਿੱਕੇ ਜਵਾਕਾਂ ਦੇ ਮੰਨਦਾ ਨੀ ਇਹਦੀ ਵੇਲੋ ਨਹੀਂ ਨਹੀਂ ਮੈਂ ਦੱਸਦਾ ਨਾ ਤੁਹਾਨੂੰ ਵੈਸੇ ਹੀ ਮੇਰਾ ਐਂ ਹੁੰਦਾ ਜਿਹੜੇ ਆਪਾਂ ਜਿਹੜੇ ਇਸ ਕਿਸਮ ਦੇ ਆਪਾਂ ਬੰਦੇ ਨਾ ਵੀ ਜਿਨ੍ਹਾਂ ਦਾ ਰੱਬ ਨੇ ਜ਼ਿਆਦਾ ਜ਼ੋਰ ਜਾਂ ਲਵਾਉਣਾ ਹੁੰਦਾ ਹਨਾ ਮੇਰਾ ਤਾਂ ਬਹੁਤ ਜ਼ੋਰ ਲਵਾਉਂਦਾ ਮੈਨੂੰ ਕਦੇ ਐਂ ਨਹੀਂ ਹੋਇਆ ਵੀ ਆਲਾ ਚੱਕ ਵੀ ਐਂ ਨਹੀਂ ਹੋਇਆ ਮੇਰੀਆਂ ਘੀਸੀਆਂ ਕਰਾ ਦਿੰਦਾ ਉਹ ਫਿਰ ਮੈਂ ਉਹ ਲਾਈਨ ਤਾਂਹੀਓ ਵਰਤਦਾ ਹੁੰਦਾ ਵੀ ਜ਼ਿੰਦਗੀ ਮੈਂ ਆਪਣੇ ਹੱਕ ਆਪਣੀ ਮਿਹਨਤ ਦੇ ਨਾਲ ਤੇਰੇ ਹਲਕ 'ਚ ਹੱਥ ਪਾ ਕੇ ਵੀ ਲੈ ਮੈਂ ਲੈ ਲੂੰਗਾ ਮਿਹਨਤ ਮਿਹਨਤ ਤੋਂ ਭਜਦਾ ਨੀ ਤੂੰ ਮਿਹਨਤ ਭਾਲਦੀ ਆ ਮਿਹਨਤ ਤੋਂ ਨੀ ਭਜਦਾ ਅੱਛਾ ਸਵਾਲ ਇਹ ਸੀਗਾ ਵੀ
ਤੁਸੀਂ ਸਵਾਲ ਗਲਤ ਪੁੱਛਿਆ ਮੈਨੂੰ, ਹੁਣ ਦੱਸ ਦਿੰਦਾ ਮੈਂ ਤੁਹਾਨੂੰ। ਜਿਵੇਂ ਮੇਰੀ ਨਾ ਆਪਦੀ ਇਮੈਜੀਨੇਸ਼ਨ ਥੋੜ੍ਹੀ ਰਹਿੰਦੀ, ਜਦੋਂ ਗੈਂਗਸ ਆਫ ਵਾਸੇਪੁਰ ਆਈ ਤਾਂ ਹੋਮਾ ਕੁਰੈਸ਼ੀ ਤੋਂ ਘੈਂਟ ਦੁਨੀਆਂ ਦਾ ਕੋਈ ਨਹੀਂ ਲੱਗਦਾ ਸੀ। ਜਦੋਂ ਅਸੀਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਵੀ ਯਾਰ ਸਾਨੂੰ ਪਤਾ ਲੱਗਾ ਵੀ ਆਰਟ ਫਿਲਮਾਂ ਦੇਖਣੀਆਂ ਚਾਹੀਦੀਆਂ, ਤਾਂ ਵੇਖਦੇ ਵੀ ਸੀ ਆਰ 'ਤੇ ਸੀ ਵੀ ਅਰਧ ਸੱਤਿਆ, ਦਰੋਕਾਲ, ਮੰਡੀ, ਹੈ ਨਾ, ਜੈਨੇਸਿਸ। ਮੈਨੂੰ ਇਹ ਓਮਪੁਰੀ ਸਾਹਿਬ ਨੇ ਦਿਖਾਈ ਸੀ ਜੈਨੇਸਿਸ। ਉਦੋਂ ਸਮਤਾ ਪਾਟਲ ਅਤੇ ਛਵਾਨਾ ਆਜ਼ਮੀ, ਠੀਕ ਹੈ। ਫਿਰ ਗਾਂਹ ਨੂੰ ਆਏ, ਅੱਗੇ ਆਏ, ਫਿਰ ਸਿਲਸਿਲਾ 'ਚ ਜਿਹੜੀ ਰੇਖਾ ਘੈਂਟ ਲੱਗਦੀ ਸੀ ਬਈ ਚੰਚਲ ਆ ਬਾਈ ਦਾ ਟਕਾ ਨਹੀਂ ਹੈਗਾ, ਠੀਕ ਹੈ, ਵੇਰੀਏਸ਼ਨ ਹੈ, ਵੇਰੀਏਸ਼ਨ। ਮੈਂ ਕਿਹਾ ਇਮੈਜੀਨੇਟਰ ਬੰਦਾ, ਮੈਂ ਫਿਲਮੀ ਬੰਦਾ, ਨਹੀਂ ਨਹੀਂ ਮੈਂ ਸਮਝ ਗਿਆ, ਮੈਂ ਆਪਦੀ ਦੁਨੀਆ ਵਸਾ ਕੇ ਰੱਖਦਾ। ਅੱਛਾ, ਫਿਰ ਜਿਵੇਂ ਹੁਣ ਚੱਲਦੇ ਕਰਦੇ, ਫਿਰ ਮੈਨੂੰ ਮੈਂ ਗੁਲਾਲ ਦੇਖੀ, ਮੈਂ ਦੇਵੜੀ ਦੇਖੀ, ਹੈ ਨਾ, ਮੈਨੂੰ ਅਭੈ ਦਿਓਲ ਬਹੁਤ ਕਮਾਲ ਐਕਟਰ ਲੱਗਦਾ। ਹਾਂ, ਰਾਹੁਲ ਬੋਸ ਮੈਨੂੰ ਬਹੁਤ ਘੈਂਟ ਐਕਟਰ ਲੱਗਦਾ। ਫਿਰ ਮੈਨੂੰ ਮਾਹੀ ਗਿੱਲ ਵੀ, ਮਾਹੀ ਗਿੱਲ ਆਏ ਨਹੀਂ, ਮਾਹੀ ਗਿੱਲ ਦੇ ਗ੍ਰੀਨ ਕਲਰ ਦੇ ਲੈਂਜ਼ ਹੋਣੇ ਚਾਹੀਦੇ ਅੱਖਾਂ 'ਚ। ਕਿਆ ਬਾਤ, ਡੀਟੇਲਿੰਗ, ਹਾਂ ਮਨ ਵੀ ਇਹ ਗ੍ਰੀਨ ਅੱਖਾਂ ਹੋਣੀਆਂ ਚਾਹੀਦੀਆਂ। ਫਿਰ ਮੈਨੂੰ ਮਾਹੀ ਗਿੱਲ ਬਹੁਤ ਘੈਂਟ ਲੱਗਦੀ। ਹੁਣ ਵੀ ਜਿਵੇਂ ਹੈ, ਹੁਣ ਵੀ ਐਨੀਮਲ ਦੇਖੀ ਨਹੀਂ ਗਈ ਹਜੇ। ਅੱਛਾ, ਮੈਂ ਕਿਹਾ ਫਿਰ ਮੈਂ ਪੁੱਛਣਾ ਸੀ ਵੀ ਹੁਣ ਕੁਛ ਬਦਲਿਆ ਪਸੰਦ, ਫਿਰ ਉਹ ਤੋਂ ਬਾਅਦ ਕੋਈ ਲੋਕਾਂ ਦੀ ਬਦਲੀ ਹੈ, ਮੈਂ ਕਿਹਾ ਤੁਹਾਡੀ ਵੀ ਸ਼ਾਇਦ ਬਦਲੀ ਹੋਏ, ਨਹੀਂ ਵੇਖੀ ਗਈ ਫਿਰ, ਰਹਿ ਨਹੀਂ ਦੇਖੀ ਨਹੀਂ ਮੈਂ। ਅੱਛਾ, ਕਿਉਂਕਿ ਜਿੱਦਾਂ ਦਾ ਤੁਸੀਂ ਸਿਨੇਮਾ ਕਰਦੇ ਹੋ, ਸਿਨੇਮਾ ਹੈ ਹੈ ਉਸ ਤਰੀਕੇ ਦਾ ਡਾਇਰੈਕਟਰ ਮੈਨੂੰ ਬਹੁਤ ਕਹਿਣ ਲੱਗਦਾ। ਹਾਂ, ਪਰ ਉਹ ਉਹ ਸਿਨੇਮਾ, ਚਲੋ ਬਾਈ ਜੀ, ਹੁਣ ਦਿਨ ਥੋੜ੍ਹੇ ਰਹਿ ਗਏ ਮੂਵੀ ਰਿਲੀਜ਼ ਹੋਣ ਦੇ ਵਿੱਚ। 2 ਫਰਵਰੀ ਨੂੰ ਮੂਵੀ ਜਿਹੜੀ ਹੈ ਸਿਨੇਮੇ ਘਰਾਂ 'ਚ ਲੱਗ ਜਾਣੀ ਆ। ਅਖੀਰ 'ਚ ਜਾਂਦੇ ਜਾਂਦੇ ਕੋਈ ਪਰਿਵਾਰਕ ਮੈਂਬਰਾਂ ਨੂੰ ਸੁਨੇਹਾ ਲਾਉਣਾ ਹੋਵੇ ਤੁਸੀਂ ਲਾ ਸਕਦੇ ਜੀ। ਬਸ ਜੀ, ਤਿਆਰੀਆਂ ਨੇ ਸਾਡੀਆਂ, ਹੁਣ 2 ਫਰਵਰੀ ਨੂੰ ਪਟਾਕੇ ਪੈਣਗੇ, ਅਤੇ ਸਪੋਰਟ ਕਰੋ। ਹੰਬਲ ਮੋਸ਼ਨ ਪਿਕਚਰਸ ਤੋਂ ਆ ਰਹੀ ਹੈ ਜੀ ਵਾਰਨਿੰਗ 2। 2 ਫਰਵਰੀ ਨੂੰ ਆ ਰਹੀ ਹੈ ਜੀ ਵਾਰਨਿੰਗ ਸਿਨੇਮਾ ਘਰਾਂ 'ਚ, ਅਤੇ ਜ਼ੋਰ ਹੁਣ ਇਹ ਲੱਗਿਆ ਹੋਇਆ ਵੀ 7 ਵਜੇ ਵਾਲਾ ਸ਼ੋਅ ਚਲਾਉਣਾ ਆਪਾਂ, ਜਿਵੇਂ ਰਜਨੀਕਾਂਤ ਅਰਗੇ ਸਲਮਾਨ ਉੱਧਰ ਕਮਲ ਹਸਨ ਅਰਗਿਆਂ ਦੇ ਚੱਲਦੇ ਆ ਨਾ, ਅਤੇ ਆਪਾਂ ਲਾਜ਼ਮੀ ਚਲਾਉਣੇ। ਦੇਖੋ, ਬਠਿੰਡਾ, ਬਰਨਾਲਾ, ਧੂਰੀ, ਸੰਗਰੂਰ, ਕੋਟਕਪੂਰਾ, ਫਰੀਦਕੋਟ, ਮੋਗਾ, ਜਗਰਾਵਾਂ, ਇਹ ਤਾਂ ਮੈਨੂੰ ਹੈਗਾ ਪੂਰਾ ਹੌਂਸਲਾ ਵੀ ਇੱਧਰ ਤਾਂ 7 ਵਾਲਾ ਚੱਲ ਜਾਣਾ ਸ਼ੋਅ। ਹੋਰ ਏਰੀਆ 'ਚ ਤੁਸੀਂ ਚਲਾਉਣਾ ਵੀ 2 ਫਰਵਰੀ ਨੂੰ 7 ਵਜੇ ਵਾਲਾ ਸ਼ੋਅ ਜ਼ਰੂਰ ਚਲਾਉਣਾ ਆਪਾਂ ਸਵੇਰੇ ਸਵੇਰੇ, ਇਕੱਠੇ ਚਾਹ ਪੀਏ, ਕੜਾਕੇਦਾਰ। ਅਤੇ ਮੈਂ ਜ਼ੋਰ ਲਾ ਦਿੰਦਾ ਵੀ ਜਿੰਨੇ ਸਿਨੇਮਿਆਂ 'ਚ ਪਹੁੰਚਿਆ ਗਿਆ ਨਾ, ਸਵੇਰੇ 7 ਵਾਲੇ ਸ਼ੋਅ 'ਚ ਧੁੱਕੇ ਹੀ ਕੱਢ ਦੇਣੀ, ਚਾਹੇ 2-2 ਮਿੰਟ ਹੀ ਲਾਏ ਜਾਣ। ਇਹ ਤਗੜੀ ਗੱਲ ਹੈ ਬਈ, ਇੱਦਾਂ ਦੀ ਅਨਾਊਂਸਮੈਂਟ ਕੀਤੀ ਨਹੀਂ ਕਦੀ ਕਿਸੇ ਨੇ ਅੱਜ ਤੱਕ, ਵੀ ਇਹ ਟਾਰਗੇਟ ਨਹੀਂ ਸੀ ਅੱਜ ਤੱਕ ਕਿਸੇ। ਨਹੀਂ, ਮੈਂ ਟਾਰਗੇਟ ਤੁਹਾਡੇ ਮਨ 'ਚ ਉਦੋਂ ਆਉਂਦੇ ਜਦੋਂ ਤੁਹਾਨੂੰ ਪਿਆਰ ਮਿਲਦਾ, ਤੁਹਾਨੂੰ ਪਿਆਰ ਕਰਦੇ ਆ, ਅਤੇ ਫਿਰ ਮੈਂ ਕਿਹਾ ਇਹ ਵੀ ਦੇਖ ਲਈਏ ਵੀ ਪੰਮੇ ਨੂੰ ਕਿੰਨਾ ਕੁ ਪਿਆਰ ਕਰਦੇ। ਅੱਛਾ, ਜਾਂਦੇ ਜਾਂਦੇ ਬਾਈ, ਇੱਕ ਡਾਇਲੋਗ ਆਉਣ ਵਾਲੀ ਮੂਵੀ ਦਾ ਜਿਹੜਾ ਜੇ ਸੁਣਿਆ ਨਹੀਂ ਅਤੇ ਜਿਹੜਾ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਮਸ਼ਹੂਰ ਹੋਣਾ, ਫਿਰ ਅਸੀਂ ਇਹ ਕਲਿੱਪ ਕੱਢ ਕੇ ਤੋਰਾਂਗੇ। ਅਤੇ ਬਾਈ ਨੇ ਤਾਂ ਮਹੀਨਾ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਆਹ ਡਾਇਲੋਗ ਲੋਕਾਂ ਨੇ ਬੋਲਣਾ। ਇਹਦੇ 'ਚ ਨਾ ਵਾਰਨਿੰਗ 'ਚ ਦਿਖਾਇਆ ਵੀ ਜੇਲ੍ਹ 'ਚ ਹੈ ਅਤੇ ਇਹ ਕੈਦੀ ਦਿਖਾਇਆ ਕਿ ਜਿਹੜਾ ਬੱਚੀਆਂ ਨਾਲ ਬਲਾਤਕਾਰ ਕਰਕੇ ਅੰਦਰ ਆਇਆ ਵਾ ਹੁੰਦਾ, ਉਹ ਫਿਰ ਕੋਈ ਹਰਕਤ ਕਰਦਾ ਪੁੱਠੀ ਅਤੇ ਉਹਦੇ ਐਂ ਕਰਕੇ ਇੱਕ ਕੁੜੀ ਆ ਉਹਦੇ ਉੱਤੇ ਉਹ ਪਿਆ ਅਤੇ ਉਹਦੇ ਗੋਲੀ ਵੱਜਦੀ। ਅੱਛਾ, ਉਹ ਐਂ ਕਰਕੇ ਐਂ ਡਿੱਗਦਾ, ਉਹਦੇ ਪਿੱਛੋਂ ਐਂ ਖੜਾ ਬੰਦੂਕ ਲੈ ਕੇ ਪੰਮਾ। ਅੱਛਾ, ਕਹਿੰਦਾ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ, ਨਹੀਂ ਤੇਰੇ ਗੁਲਾਬੀ ਕੱਛਾ ਪਵਾ ਕੇ ਨਾ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ। ਕਿਆ ਬਾਤ ਹੋਈ, ਕਿਆ ਬਾਤ।
ਬਹੁਤ ਵਧੀਆ ਬਾਈ, ਪਤਾ ਨਹੀਂ ਲੱਗਾ ਅਸੀਂ ਸਮੇਂ ਤੋਂ ਬਹੁਤ ਉੱਤੇ ਚਲੇ ਗਏ, ਹੁਣ ਕੀ ਕੱਟ ਵੱਟ ਹੋਣੀ ਹੈ ਸਾਨੂੰ ਬਾਅਦ ਚ ਹਿਸਾਬ ਲਾਵਾਂਗੇ, ਕਿਉਂਕਿ ਆਨੰਦ ਹੀ ਇੰਨਾ ਕਰ ਰਿਹਾ ਕਿ ਅਜੇ ਬਹੁਤ ਹੋਰ ਚੀਜ਼ਾਂ ਤੁਹਾਡੇ ਨਾਲ ਤੇ ਲੱਗਦਾ ਵੀ 2 ਘੰਟੇ ਦਾ ਪ੍ਰੋਗਰਾਮ ਰੱਖ ਕੇ ਆਇਆ ਕਰੋ ਤੁਸੀਂ, ਹੁਣ ਗਾਹ ਨਾ ਸਮਾਂ ਦਿਆ ਕਰੋ, 2 ਵੀ ਘੱਟ ਲੱਗਣਗੇ, 2 ਘੰਟੇ ਵੀ ਘੱਟ ਘੱਟ ਲੱਗਦੇ, ਘੱਟੋ ਘੱਟ 2 ਲੱਗਦੇ। ਚਲੋ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਬਾਈ, ਥੈਂਕ ਯੂ ਜੀ, ਥੈਂਕ ਯੂ ਤੇ ਬਾਈ ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ ਪ੍ਰਾਈਮ ਏਸ਼ੀਆ ਅਮਨ ਖਟਕੜ ਬਾਈ ਤੇ ਸੰਧਾ ਬਾਲੀਆ ਬਾਈ ਹੈ ਨਹੀਂ, ਅੱਜ ਮਿਲੇ ਨਹੀਂ, ਗੈਰ ਹਾਜ਼ਰੀ ਲਾ ਦੇ, ਗੈਰ ਹਾਜ਼ਰੀ ਤੇ ਤੁਹਾਡੀ ਅੱਜ ਪੱਗ ਬਹੁਤ ਘੈਂਟ ਲੱਗੀ, ਹਾਏ ਹਾਏ ਵਧੀਆ ਲੱਗੀ, ਹਾਂ ਸੋਹਣੀ ਲੱਗੀ, ਸਾਡਾ ਦੱਬੀ ਜੀ ਆਖਣਾ ਬਾਈ ਤਾਰੀਫ ਕਰਦਾ ਨਾ ਇਹ ਕੱਢ ਲੈਂਦਾ ਬਾਈ, ਅੱਖ ਦਾ ਨਿਸ਼ਾਨਾ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਕਿਉਂਕਿ ਜਦੋਂ ਵੀ ਕਿਤੇ ਮੈਂ ਇੱਥੇ ਆਉਣਾ ਜਾਂ ਕੋਈ ਪ੍ਰੋਜੈਕਟ ਆਉਂਦਾ ਤੇ ਤੁਸੀਂ ਮੈਨੂੰ ਪ੍ਰਾਈਮ ਏਸ਼ੀਆ ਵੱਲੋਂ ਵਧੀਆ ਸਪੋਰਟ ਮਿਲਦੀ, ਹੁਣ ਚੇਤਾ ਸਿੰਘ ਹੋਈ ਆਉਣੀ ਸੀ ਤੇ ਹਾਲਾਂਕਿ ਉਹਦੇ ਨਾਲ ਅਮਨ ਖਟਕੜ ਬਾਈ ਦਾ ਕੋਈ ਲੈਣਾ ਦੇਣਾ ਨਹੀਂ ਸੀ, ਮੈਂ ਟੋਰਾਂਟੋ ਸੀਗਾ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਫੋਨ ਕਰਕੇ 2-4 ਜਣਿਆਂ ਨਾਲ ਕਹਿੰਦੇ ਮੈਂ ਕਹਿਤਾ ਤੁਸੀਂ ਜਾਓ, ਉਹਨਾਂ ਨੇ ਇੰਟਰਵਿਊ ਰਖਾਤੀਆਂ ਉੱਥੇ, ਸੋ 2 ਫਰਵਰੀ ਨੂੰ ਜਿੱਦਾਂ ਬਾਈ ਨੇ ਕਿਹਾ ਕਿ 7 ਵਜੇ ਵਾਲਾ ਸ਼ੋਅ ਭਰਨਾ, ਸੋ ਦੇਖਦੇ ਹਾਂ ਕਿ ਪੰਜਾਬੀ ਇਤਿਹਾਸ ਬਣਾਉਂਦੇ ਨੇ ਕਿ ਨਹੀਂ ਬਣਾਉਂਦੇ ਦੀ ਉਡੀਕ ਰਹੂਗੀ, ਆਸ ਸਾਨੂੰ ਪੂਰੀ ਇਸੇ ਆਸ ਦੇ ਨਾਲ ਹੀ ਪ੍ਰੋਗਰਾਮ ਦੀ ਅਸੀਂ ਕਰਦੇ ਹਾਂ ਸਮਾਪਤੀ, ਮੈਨੂੰ ਜੋਗਰਾ ਸਿੰਘ ਕੱਲ੍ਹ ਨੂੰ ਦਿਓ ਆ ਗਿਆ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਸਤਿ ਸ਼੍ਰੀ ਅਕਾਲ।